ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਮੁੱਦੇ ਖਬਰਾਂ ਬਹੁਤ ਚੱਲਦੀਆਂ ਰਹਿੰਦੀਆਂ ਪਰ ਅੱਜ ਇੱਕ ਬਹੁਤ ਹੀ ਵਧੀਆ ਡਿਸਕਸ਼ਨ ਬਹੁਤ ਵਧੀਆ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਆ ਜਿਹੜਾ ਵਰਲਡ ਐਗਰੀਕਲਚਰ ਜਿਹੜਾ ਹੈਗਾ ਹੈ ਮੈਂ ਗੱਲ ਕਰ ਰਿਹਾ ਕਿ ਐਗਰੀਕਲਚਰ ਕ੍ਰਾਸ ਰੋਡ ਦੇ ਉੱਤੇ ਖੜਾ ਹੈ ਇਹ ਕਿੱਧਰ ਨੂੰ ਟਰਨ ਕਰੂਗਾ ਕਿੱਧਰ ਨੂੰ ਨਹੀਂ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਜਿਸ ਹਿਸਾਬ ਨਾਲ UN ਦੇ ਵਿੱਚ ਸਟੱਡੀਜ਼ ਹੋਈਆਂ ਕਰਵਾਈਆਂ ਗਈਆਂ ਔਰ ਤੁਸੀਂ ਦੇਖਿਆ ਹੋਣਾ ਕਿ ਬੇਤਹਾਸ਼ਾ ਫੂਡ ਜਿਹੜਾ ਉਗਾਇਆ ਜਾਂਦਾ ਹੈ ਪਰ ਕੁਛ ਲੋਕ ਭੁੱਖੇ ਸੌਂਦੇ ਹੈ ਦੁਨੀਆ ਦੇ ਵਿੱਚ ਇਕੱਲੇ ਭਾਰਤ ਦੀ ਗੱਲ ਨਹੀਂ ਕਰ ਰਿਹਾ ਕਿਉਂ ਇਹਦਾ ਜਵਾਬ ਵੀ ਆਪਾਂ ਲਵਾਂਗੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਹਰ ਜਿਹੜਾ ਨਵਾਂ ਸਿਸਟਮ ਜੇ ਉਹ ਲਾਗੂ ਹੁੰਦਾ ਉਹਨੂੰ ਅਡਾਪਟ ਕਿੱਦਾਂ ਕਰਨਾ ਆਪਾਂ ਔਰ ਬੇਸਿਕਲੀ ਆਪਾਂ ਸੇਮ ਗੱਲਾਂ ਕਰਨੀਆਂ ਜਿਹੜਾ ਕਿਸਾਨ ਅੰਦੋਲਨ ਹੁਣ ਦਿੱਲੀ ਦੀ ਬਰੂਹਾਂ 'ਤੇ ਬੈਠਾ ਪਰ UN ਵੱਲੋਂ ਕੋਈ ਚਾਰ ਪੰਜ ਸਾਲ ਪਹਿਲਾਂ ਇਸ ਚੀਜ਼ ਨੂੰ ਸਟੱਡੀ ਕਰਵਾਇਆ ਗਿਆ ਸੀ ਜਿਹੜੀ ਹੁਣ ਮੁਕੰਮਲ ਹੋਈ ਹੈ ਘੱਟੋ ਘੱਟ 400 ਸਾਇੰਟਿਸਟ ਅਤੇ ਹੋਰ ਜਿਹੜੇ ਐਕਸਪਰਟਸ ਨੇ ਉਹਨਾਂ ਨੂੰ ਲੈ ਕੇ ਅਤੇ ਹੁਣ ਉਹਨਾਂ ਦਾ ਇੱਕ ਸਪਟੈਂਬਰ 23 ਨੂੰ ਜੋ ਹੈ ਨਿਊਯਾਰਕ ਦੇ ਵਿੱਚ ਇੱਕ ਸਮਿਟ ਹੋਣ ਜਾ ਰਿਹਾ ਹੈ ਐਟ ਦੀ ਜਨਰਲ ਅਸੈਂਬਲੀ ਜਿਹੜੀ UN ਦੀ ਹੈ ਉਹਦੇ ਵਿੱਚ ਉਹਦੇ ਵਿੱਚ ਜਿਹੜੀ ਫੂਡ ਲਾਈਨ ਹੈ ਜਿਹੜੀ ਸਾਡਾ ਐਗਰੀਕਲਚਰ ਹੈ ਉਹ ਕ੍ਰਾਸ ਰੋਡ 'ਤੇ ਉਹਨੂੰ ਕਿੱਧਰ ਨੂੰ ਟਰਨ ਕਰੇਗਾ ਅਗਰ ਇਹ ਲਾਗੂ ਹੁੰਦਾ ਤਾਂ 2045 ਤੱਕ ਇਹਦੀ ਕੀ ਪਿਕਚਰ ਹੋਏਗੀ ਅਗੇਨ ਜਿਹੜੀ ਸਟੱਡੀਜ਼ ਹੈ UN ਵੱਲੋਂ ਕਰਾਇਆ ਗਿਆ ਸੀ ਇਹਦੇ ਵਿੱਚ ਦੋ ਚੀਜ਼ਾਂ ਸੀ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਟਿਊਟ ਅਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਅਸੈਸਮੈਂਟ ਆਫ ਐਗਰੀਕਲਚਰ ਸਾਇੰਸ ਐਂਡ ਟੈਕਨੋਲੋਜੀ ਡਿਵੈਲਪਮੈਂਟ ਇਹ ਦੋ ਚੀਜ਼ਾਂ ਦੇ ਉੱਤੇ ਸਟੱਡੀ ਕੀਤੀ ਗਈ ਸੀਗੀ ਜੋ ਵੀ ਸਾਡੇ ਜਿਹੜੇ ਇਸ਼ੂ ਆ ਜੋ ਵੀ ਇਹ ਸਟੱਡੀਜ਼ ਹੈ ਉਹ ਨਾ ਮੇਰੀ ਹੈ ਨਾ ਜਸ ਪੰਜਾਬੀ ਦੀ ਹੈ ਨਾ ਸਾਡੇ ਗੈਸਟ ਆਨਰੇਬਲ ਡਾਕਟਰ ਸ਼ਪਾਲ ਸਿੰਘ ਬਾਜਵਾ ਸਾਡੇ ਨਾਲ ਜੁੜੇ ਹੋਏ ਸ਼ਿਕਾਗੋ ਤੋਂ ਨਾ ਉਹਨਾਂ ਦੀ ਹੈ ਇਹ ਸਿਰਫ ਸਟੱਡੀ UN ਵੱਲੋਂ ਕਰਵਾਏ ਗਏ ਜਿਹੜੇ ਆਹ ਸਟੱਡੀਜ਼ ਦੇ ਵਿੱਚ ਜਿਹੜੇ 400 ਤੋਂ ਉੱਪਰ ਸਾਇੰਟਿਸਟ ਅਤੇ ਐਕਸਪਰਟਸ ਲੱਗੇ ਹੋਏ ਸੀ ਉਹਨਾਂ ਦੀ ਹੈ ਪਰ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਬੇਸਿਕਲੀ ਆਪਣੇ ਕਿਸਾਨ ਅੰਦੋਲਨ ਨਾਲ ਹੀ ਜੁੜ ਰਹੇ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਦੇ ਉੱਤੇ ਕੀ ਇੰਪੈਕਟ ਹੋਏਗਾ ਅਗਰ ਨਹੀਂ ਹੁੰਦੇ ਤਾਂ ਕੀ ਇੰਪੈਕਟ ਹੋਏਗਾ ਪਹਿਲਾਂ ਤਾਂ ਡਾਕਟਰ ਸਾਹਿਬ ਦਾ ਆਪਾਂ ਸਵਾਗਤ ਕਰਦੇ ਹਾਂ ਅਤੇ ਫਿਰ ਉਹਨਾਂ ਤੋਂ ਪੁੱਛਦੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜਸ ਪੰਜਾਬੀ ਦੇ ਓਪਨ ਪਲੇਟਫਾਰਮ 'ਤੇ ਠੀਕ ਠਾਕ ਹੋ ਬਿਲਕੁਲ ਡਾਕਟਰ ਸਾਹਿਬ ਮੈਂ ਨਾ ਬਾਹਲੀਆਂ ਗੱਲਾਂ 'ਚ ਨਹੀਂ ਪੈਂਦਾ ਗਾ ਮੈਨੂੰ ਪਹਿਲਾਂ ਤਾਂ ਇਹਦਾ ਪਿਛੋਕੜ ਦੱਸੋ ਡਾਕਟਰ ਸਾਹਿਬ ਕਿ ਆਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ UN ਵੱਲੋਂ ਜਿਹੜੀ ਸਟੱਡੀ ਕਰਾਈ ਗਈ ਹੈ 400 ਤੋਂ ਉੱਪਰ ਸਾਇੰਟਿਸਟ ਅਤੇ ਐਕਸਪਰਟਸ ਲੱਗੇ ਹੋਏ ਸੀਗੇ ਅਤੇ ਉਹਨਾਂ ਦਾ ਸਬਮਿਟ ਹੋਣ ਜਾ ਰਿਹਾ ਇਹਦਾ ਬੈਕਗਰਾਊਂਡ ਦੱਸਿਓ ਕਿ ਜ਼ਰੂਰਤ ਕਿਉਂ ਪਈ ਪਹਿਲਾਂ ਤਾਂ ਇੱਥੋਂ ਸ਼ੁਰੂ ਕਰਦੇ ਹਾਂ ਆਪਾਂ ਹਾਂਜੀ ਗੁਰਲਾਲ ਜੀ ਥੋੜ੍ਹਾ ਚੱਲਦੇ ਹਾਂ ਪਿੱਛੇ ਜੀ ਜਿਹੜੇ ਪਿਛਲੇ 100 ਸਾਲ ਸੈਕੰਡ ਵਰਲਡ ਵਾਰ ਤੋਂ ਬਾਅਦ ਲੰਘੇ ਉਹਦੇ ਵਿੱਚ ਜਿੰਨੀਆਂ ਇਨੋਵੇਸ਼ਨ ਜਾਂ ਚੇਂਜਿਸ ਹੋਈਆਂ ਜੀ ਉਹਨਾਂ ਨੇ ਹਿਊਮਨ ਵੈਲਫੇਅਰ ਨੂੰ ਉਹਦੀ ਜਿਹੜੀ ਲੋਕ ਭਲਾਈ ਸੀਗੀ ਉਹ ਕਾਫੀ ਜ਼ਿਆਦਾ ਹੋਈ ਹੈ ਪਰ ਇਹਦੇ ਵਿੱਚ ਜਿਹੜੀ ਜ਼ਿਆਦਾ ਕੰਟਰੀਬਿਊਸ਼ਨ ਹੈ ਉਹ ਟੈਕਨੋਲੋਜੀ ਦੀ ਹੈ ਰੈਪਿਡ ਅਰਬਨਾਈਜੇਸ਼ਨ ਦੀ ਹੈ ਔਰ ਜਿਹੜੀਆਂ ਇੰਪਰੂਵਮੈਂਟਸ ਆਪਣੇ ਫੂਡ ਪ੍ਰੋਡਕਸ਼ਨ ਸਿਸਟਮ ਦੀਆਂ ਹੋਈਆਂ ਕਿਉਂਕਿ ਆਲ ਦਿਸ ਚੀਜ਼ਾਂ ਤਾਂ ਹੀ ਇਹ ਪੋਸੀਬਲ ਹੋਈਆਂ ਕਿਉਂਕਿ ਬੜੀ ਰਿਸਰਚ ਹੋਈ ਦੂਜਾ ਹੋਇਆ ਇਹ ਹੋਇਆ ਇਹਨਾਂ ਦੇ ਪਿੱਛੇ ਇੱਕ ਜਿਹੜੀਆਂ ਵਰਲਡ ਦੀ ਹੁਣ ਸਮਿਟ ਹੋਣ ਜਾ ਰਹੀ ਹੈ ਇਹੋ ਜਿਹੀਆਂ ਗਲੋਬਲ ਸਮਿਟ ਪਹਿਲਾਂ ਵੀ ਹੋਈਆਂ ਦੋ ਬਹੁਤ ਇੰਪੋਰਟੈਂਟ ਹਨ ਜਿਹਨਾਂ ਦੀ ਆਪਾਂ ਗੱਲ ਕਰਾਂਗੇ ਜਿਹੜੇ ਅੱਜ ਦੇ ਪ੍ਰੈਜੈਂਟ ਸਿਸਟਮ ਨੂੰ ਖਾਸ ਕਰਕੇ ਇੰਡੀਆ ਅਤੇ ਏਸ਼ੀਆ ਵਿੱਚ ਉਹਦਾ ਬਹੁਤ ਫਾਇਦਾ ਹੋਇਆ 1943 ਵਿੱਚ ਅੰਡਰ ਪ੍ਰੈਜੀਡੈਂਟ ਰੂਜ਼ਵੈਲਟ ਇੱਕ ਇੱਥੋਂ ਨਾਰਾ ਲੱਗਿਆ ਅਮੈਰੀਕਾ 'ਚੋਂ ਬਈ ਅਸੀਂ ਦੁਨੀਆ 'ਚ ਜਿਹੜੀ ਲੈਕ ਆਫ ਫੂਡ ਹੈ ਉਹਨੂੰ ਖਤਮ ਕਰਨਾ ਕਿਉਂਕਿ ਬਹੁਤ ਲੋਕ ਸੈਕਿੰਡ ਵਰਲਡ ਵਾਰ ਤੋਂ ਬਾਅਦ ਭੁੱਖੇ ਸੀ ਪੰਜਾਬ ਦਾ ਆਪਣੀ ਇੰਡੀਆ ਦੀ ਸਿਚੁਏਸ਼ਨ ਤਾਂ ਬਹੁਤ ਮਾੜੀ ਸੀ ਕਿ ਵੈਸਟ ਬੰਗਾਲ 'ਚ 1943 'ਚ ਆਪਣੇ ਬੜਾ ਵੱਡਾ ਫੈਮਨ ਵੀ ਪਿਆ ਸੀ ਸੋ ਇਹ ਉਹਨਾਂ ਨੇ ਐਕਸ਼ਨ ਲਏ ਜਿਹਦੇ ਤਹਿਤ ਗ੍ਰੀਨ ਰੈਵੋਲਿਊਸ਼ਨ ਦੀਆਂ ਦੂਜੀਆਂ ਚੀਜ਼ਾਂ ਉਹ ਫਸਟ ਸਮਿਟ ਦੇ ਬੇਸ 'ਤੇ ਹੋਈਆਂ ਉਸ ਤੋਂ ਬਾਅਦ ਇੱਕ ਬੜੀ ਇੰਪੋਰਟੈਂਟ ਸਮਿਟ ਹੈ ਉਹ 1996 ਦੀ ਹੈ ਉਹਦੇ ਵਿੱਚ ਡੈਫੀਨੇਸ਼ਨ ਫੂਡ ਸਿਕਿਉਰਿਟੀ ਦੀ ਡਿਫਾਈਨ ਕੀਤੀ ਗਈ ਅਤੇ ਹਰ ਬੰਦੇ ਨੂੰ ਮਿਨੀਮਮ ਖਾਣ ਯੋਗਾ ਜਿਹੜਾ ਫੂਡ ਹੈ ਉਹ ਮਿਲਣਾ ਚਾਹੀਦਾ ਹਰ ਵਕਤ ਮਿਲਣਾ ਚਾਹੀਦਾ ਉਹਦੀ ਉਹਨੂੰ ਐਕਸੈਸ ਅਤੇ ਅਵੇਲੇਬਿਲਟੀ ਹੋਣੀ ਚਾਹੀਦੀ ਹੈ ਨਾਲ ਉਹਦੇ ਵਾਸਤੇ ਵੀ ਉਹਦੇ ਜਿਹੜੇ ਸਟੈਂਡਰਡ ਹੈ ਉਹ ਵੀ ਠੀਕ ਹੋਣੇ ਚਾਹੀਦੇ ਹੁਣ ਇਹ ਜਿਹੜੀਆਂ ਡਿਵੈਲਪਮੈਂਟ ਸੀ ਇਹਨਾਂ ਨੇ ਪ੍ਰੈਜੈਂਟ ਸਿਸਟਮ ਨੂੰ ਵੀ ਜਨਮ ਦਿੱਤਾ ਬੜੀਆਂ ਵਿੱਚ ਰੀਫਾਰਮੇਸ਼ਨ ਹੋਈਆਂ ਔਰ ਬਹੁਤ ਚੰਗੀਆਂ ਹੁੰਦੀਆਂ ਰਹੀਆਂ
ਪਰ ਜਦੋਂ ਫਿਰ ਆਪਾਂ ਦੇਖਦੇ ਹਾਂ ਜਦੋਂ 1991 ਆਇਆ ਉਦੋਂ ਫ੍ਰੀ ਮਾਰਕੀਟ ਦਾ ਜਿਹੜਾ ਸਿਸਟਮ ਸੀ ਉਹ ਪੰਜਾਬ 'ਚ ਵੀ ਇੰਟਰੋਡਿਊਸ ਹੋਇਆ। ਉਹਦੇ ਨਾਲ ਕੁਛ ਜ਼ਿਆਦਾ ਪ੍ਰਾਈਵੇਟਾਈਜੇਸ਼ਨ ਪ੍ਰਾਈਵੇਟ ਕੰਪਨੀਆਂ ਆਉਣ ਲੱਗ ਗਈਆਂ, ਪਰ ਇਹਦੇ ਨਾਲ ਹੀ ਜਿਹੜੀ ਆਪਣੀ ਯੂਨਾਈਟਿਡ ਨੇਸ਼ਨ ਸੀ ਉਹਨਾਂ ਨੇ ਇੱਕ 2000 ਦੇ ਲਾਗੇ ਜਾ ਕੇ ਇੱਕ ਪ੍ਰੋਗਰਾਮ ਬਣਾਇਆ ਜਿਨ੍ਹਾਂ ਨੂੰ ਉਹ ਸਪੈਸੀਫਿਕ ਡਿਵੈਲਪਮੈਂਟ ਗੋਲਸ ਕਹਿੰਦੇ ਸੀ, ਪਰ ਉਹਦੇ ਵਿੱਚ ਉਹਨਾਂ ਨੇ ਇਹ ਪ੍ਰੋਗਰਾਮ ਬਣਾਇਆ ਵੀ 2030 ਤੱਕ ਅਸੀਂ ਦੁਨੀਆ 'ਚੋਂ ਭੁੱਖ ਖਤਮ ਕਰ ਦੇਣੀ ਹੈ, ਮਾਲ ਨਿਊਟ੍ਰੀਸ਼ਨ ਖਤਮ ਕਰ ਦੇਣੀ ਹੈ। ਪਰ ਇਹਨੂੰ ਇਹ ਕਹਿੰਦੇ ਸੀ ਵੀ ਇਹ ਏਜੰਡਾ ਫਾਰ ਦਾ ਨਿਊ ਮਿਲੀਨੀਅਮ ਹੈ। ਨਿਊ ਮਿਲੀਨੀਅਮ ਤੋਂ ਮਤਲਬ ਹੈ ਇਹ 2001 ਤੋਂ ਸ਼ੁਰੂ ਹੋਊਗਾ ਅਤੇ 2099 ਤੱਕ ਚੱਲੂਗਾ। ਪਰ ਉਹਦੇ ਵਿੱਚ ਟਾਰਗੇਟ ਜਿਹੜਾ ਫਿਕਸ ਕੀਤਾ ਸੀ ਉਹ 2030 ਦਾ ਸੀ। ਉਹ ਟਾਰਗੇਟ ਅੱਗੇ ਆਪਾਂ ਪਹਿਲਾਂ ਇੱਕ ਵਾਰੀ ਗੱਲ ਕੀਤੀ ਸੀ ਵੀ ਕਰੋਨਾ ਆਉਣ ਕਰਕੇ ਉਹ ਥੋੜ੍ਹਾ ਜਿਹਾ ਡਿਲੇ ਹੋਇਆ। ਤੋ ਇਹ ਜਦੋਂ ਫਿਰ ਇਹ 2 ਸਮਿਟ ਸੀਗੀਆਂ ਇਹਨਾਂ ਦੇ ਜਿਹੜੇ ਅਸਰ ਸੀਗੇ ਉਹਨਾਂ ਨੇ ਰਲ ਕੇ ਅੱਜ ਦੇ ਦਿਨ 'ਚ 2.7 billion ਫੂਡ ਗ੍ਰੇਨ ਪੈਦਾ ਹੁੰਦੇ ਆ ਦੁਨੀਆ 'ਚ, 2019 ਦਾ ਡਾਟਾ ਹੈ। ਇਹਦੇ ਹੁੰਦਿਆਂ ਵੀ ਇਹਨਾਂ ਫੂਡ 900 million ਲੋਕ ਜਿਹੜੇ ਆ ਪਲੈਨਟ 'ਤੇ ਉਹਨਾਂ ਨੂੰ ਪੂਰਾ ਫੂਡ ਨਹੀਂ ਮਿਲਦਾ। ਇੱਕ ਤਾਂ ਆਪਾਂ ਇਹ ਦੇਖਾਂਗੇ ਵਾਈ ਮੇਨ ਕਾਰਨ ਇਹਨਾਂ ਦਾ ਇਹੀ ਹੈ, ਲੋਕ ਪੂਅਰ ਹੈ, ਇਹਨਾਂ ਦੀ ਪਰਚੇਜ਼ਿੰਗ ਪਾਵਰ ਹੈ ਨਹੀਂ, ਇਹ ਉਸ ਪਾਰਟ ਆਫ ਵਰਲਡ 'ਚ ਰਹਿੰਦੇ ਆ। ਏਸ਼ੀਆ 'ਚ ਹੈ, ਇੰਡੀਆ 'ਚ ਵੀ ਇਹਨਾਂ ਦੀ ਗਿਣਤੀ ਹੈ, ਸਭ ਤੋਂ ਜ਼ਿਆਦਾ ਇਹ ਅਫਰੀਕਨ ਕੰਟੀਨੈਂਟ 'ਚ। ਹੁਣ ਦੂਜੀ ਇਹ ਚੀਜ਼ ਆਉਂਦੀ ਹੈ ਵੀ ਇੱਕ ਬੰਨੇ ਤਾਂ ਬੰਦੇ ਭੁੱਖੇ ਹੈ। ਇੱਕ ਡਾਟਾ ਹੈ ਕਿ 1.9 billion ਜਿਹੜੇ ਲੋਕ ਹੈ ਦੇ ਆਰ ਸਫਰਿੰਗ ਫਰੋਮ ਇਫੈਕਟਸ ਆਫ ਓਵਰਵੇਟ ਐਂਡ ਓਬੇਸਿਟੀ ਐਂਡ ਅਦਰ ਡਿਜ਼ੀਜ਼ਸ। ਇਹ ਕਿੰਨੀਆਂ ਡਿਸਪੈਰਿਟੀਜ਼ ਹੈਗੀਆਂ। ਹੁਣ ਆਪਾਂ ਇਹਨਾਂ ਨੂੰ ਦੇਖਦੇ ਹਾਂ ਵੀ ਜਿਹੜਾ ਆਪਾਂ ਇੰਨਾ ਫੂਡ ਉਗਾਉਂਦੇ ਹਾਂ ਇਹਨੂੰ ਆਪਾਂ ਕਿਵੇਂ ਯੂਜ਼ ਕਰਦੇ। ਇਹ ਜਿਹੜਾ ਇੰਨਾ ਬਿਲੀਅਨ ਟਨ 1.2.7 ਇਹਦੇ 'ਚੋਂ ਲੋਕਾਂ ਦੇ ਵਾਸਤੇ ਸਿਰਫ 43% ਫੂਡ ਹੀ ਯੂਜ਼ ਹੁੰਦਾ, ਜਿਹੜਾ ਹੁਣ 57% ਪਿੱਛੇ ਰਹਿ ਗਿਆ ਵੀ ਇਹਦਾ ਕੀ ਯੂਜ਼ ਹੈ ਇਹ ਆਪਾਂ ਦੇਖਣਾ। ਇਹ ਇੱਕ ਤਾਂ ਸਾਡੇ ਦੁਨੀਆ ਦੇ ਐਨੀਮਲਸ ਨੂੰ ਫੀਡ ਕਰਨ ਵਾਸਤੇ ਇਹਨੂੰ ਯੂਜ਼ ਕੀਤਾ ਜਾਂਦਾ। ਹੁਣ ਇਹ ਚੀਜ਼ ਹੈ ਵੀ ਪਹਿਲਾਂ ਐਨੀਮਲਸ ਨੂੰ ਫੀਡ ਕਰੋ ਦੁਬਾਰਾ ਉਹਨਾਂ ਨੂੰ ਫੂਡ ਚੇਨ 'ਚ ਲਿਆ। ਪਰ ਦੂਜੀ ਇਹ ਚੀਜ਼ ਹੈ ਇਹਦੇ ਇੰਡਸਟਰੀਅਲ ਯੂਜ਼ ਬੜੇ ਹੈ, ਬਾਕੀ ਉਹ 57% ਪੂਰੇ ਹੋਣ ਵਾਸਤੇ ਐਥਨਾਲ ਬਣਦੀ ਹੈ, ਉਹ ਸਾਡੇ ਗੈਸ ਟੈਂਕ ਫਿੱਲ ਕਰਦੀ ਹੈ, ਉਹਦੇ ਨਾਲ ਇਹ ਬਾਇਓਫਿਊਲ ਬਣਦੇ ਹੈ। ਔਰ ਇਸ ਤੋਂ ਅੱਗੇ ਇਹ ਜਿਹੜੀ ਹੈ ਇੰਡਸਟਰੀਅਲ ਪ੍ਰੋਡਕਸ਼ਨ 'ਚ ਜਿਹੜਾ ਫੂਡ ਹੈ ਉਹ ਵੀ ਯੂਜ਼ ਹੁੰਦਾ ਹੈ, ਅਤੇ ਬਾਕੀ ਕਾਫ਼ੀ ਮਾਤਰਾ ਜਿਹੜੀ ਹੈ ਉਹ ਵੇਸਟ ਹੋ ਜਾਂਦੀ ਹੈ। ਇੰਡੀਆ ਦੀ ਐਗਜ਼ਾਮਪਲ ਹੈ ਕਿ FCI ਨੇ ਪਿਛਲੇ 6 ਸਾਲਾਂ 'ਚ ਕੋਈ ਜਿਹੜੇ ਫਿਗਰ ਦੱਸੇ ਜਾ ਰਹੇ ਆ 62,000 ਟਨ ਜਿਹੜਾ ਉਹ ਇਹਨਾਂ ਨੇ ਵੇਸਟ ਕੀਤਾ। ਹੁਣ ਅੱਗੋਂ ਹੀ ਆਉਂਦਾ ਵੀ ਇਹ ਸਾਰੀਆਂ ਚੀਜ਼ਾਂ ਹੋਣ ਕਰਕੇ ਇੰਨਾ ਫੂਡ ਹੋਣ ਕਰਕੇ ਸਟਿਲ ਪਾਵਰਟੀ ਇਜ਼ ਦੇਅਰ, ਗਰਾਸ ਇਨਇਕੁਆਲਿਟੀਜ਼ ਹੈ, ਮਤਲਬ ਹੈ ਕਿ ਬੜਾ ਪਾੜਾ ਹੈ ਲੋਕਾਂ ਦੇ ਖਾਣ ਪੀਣ ਦੇ ਸਿਸਟਮ 'ਚ, ਜਿਵੇਂ ਆਪਾਂ ਪਹਿਲਾਂ ਦੱਸਿਆ ਜਾਬਲੈਸਨੈਸ ਬਹੁਤ ਹੈ, ਡਿਜ਼ੀਜ਼ ਹੈ, ਔਰ ਜਿਹੜੀ ਡੈਪਰੀਵੇਸ਼ਨ ਅਤੇ ਜਿਹੜੇ ਲੈਕ ਆਫ ਪਰਚੇਜ਼ਿੰਗ ਪਾਵਰ ਅਤੇ ਲੈਕ ਆਫ ਰਿਸੋਰਸਿਸ ਇਹਦੇ ਨਾਲ ਖਰਾਬ ਹੋ ਰਹੇ ਹਨ। ਹੁਣ ਇਹ ਜਿਹੜੀਆਂ ਚੀਜ਼ਾਂ ਬਣੀਆਂ ਇਹਨਾਂ ਨਾਲ ਜਦੋਂ ਇੰਨਾ ਆਪਾਂ ਜ਼ਿਆਦਾ ਫੂਡ ਉਗਾਉਂਦੇ ਹਾਂ ਇਹਦੇ ਨਾਲ ਸਾਡੀ ਜਿਹੜੀ ਇਨਵਾਇਰਮੈਂਟ ਹੈ, ਜਿਹੜੀ ਸਾਡੀ ਕਲਾਈਮੇਟ ਹੈ, ਉਹ ਜਿਵੇਂ ਆਪਾਂ ਅੱਗੇ ਵੀ ਦੱਸਿਆ ਸੀ ਦਰਸ਼ਕਾਂ ਨੂੰ ਵੀ ਜਿਹੜੀਆਂ ਉਹ ਗ੍ਰੀਨ ਹਾਊਸ ਗੈਸਿਸ ਹੁੰਦੀਆਂ ਉਹਦੇ ਨਾਲ ਸਾਡੀ ਇਨਵਾਇਰਮੈਂਟ ਜਿਹੜੀ ਟ੍ਰਬਲ 'ਚ ਹੈ, ਪਾਣੀ, ਏਅਰ, ਸੋਇਲ, ਸਾਡੇ ਬਾਇਓਸਫੀਅਰਸ, ਬਾਇਓਡਾਇਵਰਸਿਟੀ ਅਤੇ ਜਿਹੜੀ ਹਿਊਮਨ ਹੈਲਥ ਹੈ ਅਤੇ ਪਲੈਨਟ ਹੈਲਥ ਹੈ ਉਹ ਬਿਲਕੁਲ ਖਤਰੇ 'ਚ ਪਈ ਹੈ। ਹੁਣ ਇਹਨਾਂ ਚੀਜ਼ਾਂ ਨੂੰ ਦੇਖਣ ਵਾਸਤੇ ਜਦੋਂ ਉਹ ਸਪੈਸੀਫਿਕ ਗੋਲਸ ਵੀ ਸਾਨੂੰ ਮਿਲੇ ਪਰ ਉਹ ਮੈਂਡੇਟ ਹੈ ਜਿਹੜਾ US ਯੂਨਾਈਟਿਡ ਨੇਸ਼ਨ ਦਾ 2030 ਤੱਕ ਵੀ ਹੰਗਰ ਖਤਮ ਕਰ ਦੇਣੀ ਹੈ, ਮਾਲ ਨਿਊਟ੍ਰੀਸ਼ਨ ਖਤਮ ਕਰ ਦੇਣੀ ਹੈ, ਪਰ ਇਹਨਾਂ ਵਾਸਤੇ ਹੁਣ ਇਹ ਜਿਹੜੀਆਂ ਚੀਜ਼ਾਂ ਉਹ ਅਚੀਵ ਕਰਨ ਵਾਸਤੇ ਸਾਨੂੰ ਇਹ ਕਈ ਚੇਂਜਿਸ ਜਿਹੜੀਆਂ ਹੈ ਉਹ ਕਰਨੀਆਂ ਪੈਣਗੀਆਂ। ਪਰ ਜਿਹੜੀਆਂ ਤੁਸੀਂ ਪਹਿਲਾਂ ਦੱਸੀਆਂ ਸੀ 2 ਸਟੱਡੀਜ਼, ਇੱਕ ਉਹ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੀ ਅਤੇ ਇੱਕ ਜਿਹੜੀ ਹੈ ਇੰਟਰਨੈਸ਼ਨਲ ਅਸੈਸਮੈਂਟ ਆਫ ਐਗਰੀਕਲਚਰਲ ਨੌਲੇਜ ਸਾਇੰਸ ਐਂਡ ਟੈਕਨੋਲੋਜੀ ਟੂ ਡਿਵੈਲਪ ਦੀਜ ਸਿਸਟਮ। ਇਹ ਜਿਹੜੀ ਦੂਜੀ ਆਪਾਂ ਕੀਤੀ ਹੈ ਇੰਟਰਨੈਸ਼ਨਲ ਅਸੈਸਮੈਂਟ,
ਇਹ ਕੋਈ ਯੂਨਾਈਟਿਡ ਨੇਸ਼ਨ ਨੇ ਵਰਲਡ ਬੈਂਕ ਦੇ ਨਾਲ ਰਲ ਕੇ 400 ਸਾਇੰਟਿਸਟ ਨੂੰ ਇਹ ਡਿਊਟੀ ਦਿੱਤੀ। ਉਹਨਾਂ ਦੇ ਸਾਰੇ ਡਾਟੇ ਜਿਹੜੇ ਉਹ ਰਿਵਿਊ ਹੋਏ, ਉਹਨਾਂ ਦੀ ਰਿਸਰਚ ਰਿਵਿਊ ਹੋਈ, ਉੱਥੋਂ ਫਿਰ ਅੱਗੋਂ ਜਾ ਕੇ ਉਹਨਾਂ ਨੇ ਰਿਕਮੈਂਡੇਸ਼ਨ ਦਿੱਤੀਆਂ। ਰਿਕਮੈਂਡੇਸ਼ਨ ਤੋਂ ਭਾਵ ਇਹ ਹੁੰਦਾ ਵੀ ਕੋਈ ਕਮੇਟੀ ਦੱਸ ਦਿੰਦੀ ਹੈ, ਕੋਈ ਜ਼ਰੂਰੀ ਨਹੀਂ ਵੀ ਉਹ ਮੰਨੀਆਂ ਜਾਣ, ਪਰ ਉਹਨਾਂ ਨੇ ਇਸ ਨੂੰ ਸਟੱਡੀ ਕਰਕੇ ਰਿਕਮੈਂਡੇਸ਼ਨ ਦਿੱਤੀ ਹੈ। ਉਹਨਾਂ ਨੇ ਉਹਨਾਂ ਦਾ ਮੇਨ ਏਮ ਇਹੀ ਹੈ ਵੀ ਹਾਊ ਵੀ ਕੈਨ ਰਿਡਿਊਸ ਹੰਗਰ, ਪਾਵਰਟੀ, ਇੰਪਰੂਵ ਰੂਰਲ ਲਾਈਵਲੀਹੁੱਡਸ, ਅਤੇ ਅਸੀਂ ਇਕੁਇਟੇਬਲ ਇਨਵਾਇਰਮੈਂਟ, ਜਿਹੜੀ ਵਾਤਾਵਰਣ ਹੈ ਉਹ ਕਿਵੇਂ ਬਚਾ ਸਕਦੇ ਹਾਂ, ਜਿਹੜੇ ਲੌਂਗ ਟਰਮ 'ਚ ਜਿਹੜਾ ਫੂਡ ਚੇਨ ਹੈ ਇਹ ਸਸਟੇਨ ਰਹੇ ਅਤੇ ਕਲਾਈਮੇਟ ਵੀ ਸਾਡੀ ਬਚੀ ਰਹੇ। ਹੁਣ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ ਇਹਨਾਂ ਨੂੰ ਲਾ ਕੇ ਇਹ ਜਿਹੜੀਆਂ ਫਿਰ ਰਿਪੋਰਟਸ ਤੋਂ ਆ ਜਿਹੜੀਆਂ ਚੀਜ਼ਾਂ ਉੱਤੋਂ ਆਈਆਂ, ਉਹਨਾਂ ਨੇ ਕਿਹਾ ਵੀ ਇੱਥੇ ਤੁਸੀਂ ਕੋਈ ਐਕਸ਼ਨ ਕਰੋ, ਔਰ ਜਿਹੜੀਆਂ ਇੰਡੀਵਿਜੁਅਲ ਗੌਰਮੈਂਟ ਵੀ ਇੱਥੇ ਐਕਸ਼ਨ ਕਰਨ, ਇੰਟਰਨੈਸ਼ਨਲ ਲੈਵਲ 'ਤੇ ਵੀ ਐਕਸ਼ਨ ਕਰੋ, ਕੋਈ ਇਹੋ ਜਿਹੀਆਂ ਪੋਲਿਸੀਆਂ ਬਣਾਓ ਅਤੇ ਉਹਦੇ ਵਾਸਤੇ ਜਿੱਥੋਂ ਜਿੱਥੋਂ ਫੰਡਿੰਗ ਦੀ ਲੋੜ ਹੈ ਉਹ ਫੰਡਿੰਗ ਦਿਓ, ਕਿਉਂਕਿ ਅਗਰ ਇਹ ਟਾਈਮ ਲੰਘ ਗਿਆ ਤਾਂ ਮੁੜ ਕੇ ਜਿਹੜੀ ਤੁਹਾਡੀ ਵਾਤਾਵਰਣ ਹੈ ਉਹ ਮਤਲਬ ਬਹੁਤ ਜ਼ਿਆਦਾ ਖਰਾਬ ਹੋਣ ਦਾ ਉਹਦਾ ਖਦਸ਼ਾ ਹੈ। ਹੁਣ ਇਹ ਹੈ ਵੀ ਜਿਹੜਾ ਇਹਨਾਂ ਦਾ ਕੋਰ ਮੈਸੇਜ ਹੈ ਇਹ ਜਿਹੜੀ ਇਹ ਸਟੱਡੀ ਖਾਸ ਕਰਕੇ ਨੰਬਰ 2 ਵਾਲੀ, ਉਹ ਤਾਂ ਇਹ ਕਹਿੰਦੇ ਹਨ ਕਿ ਦੇਰ ਇਜ਼ ਏ ਇਹਦੀ ਬੜੀ ਅਰਜੈਂਟ ਨੀਡ ਹੈ, ਇਮੀਡੀਏਟ ਲੋੜ ਹੈ ਕਿ ਉਹਨੂੰ ਜਿਹੜੀ ਡਿਸਟਰਕਟਿਵ ਐਂਡ ਕੈਮੀਕਲ ਪਾ ਕੇ, ਫਰਟੀਲਾਈਜ਼ਰ ਪਾ ਕੇ ਜਿਹੜੀ ਖੇਤੀ ਹੋ ਰਹੀ ਹੈ ਉਹਨੂੰ ਪਲੀਜ਼ ਖਤਮ ਕਰੋ, ਇੰਡਸਟਰੀਅਲ ਐਗਰੀਕਲਚਰ ਦੇ ਮਾਡਲ ਨੂੰ ਥੋੜ੍ਹਾ ਜਿਹਾ ਘਟਾਓ, ਔਰ ਉਹ ਤਾਂ ਇੱਥੋਂ ਤੱਕ ਕਹਿੰਦੇ ਹਾਂ ਵੀ ਇਹਨੂੰ ਚੇਂਜ ਕਰੋ ਕਿਸੇ ਹੋਰ ਮਾਡਰਨ ਸਾਇੰਟਿਫਿਕ ਬੇਸ ਤਰੀਕਿਆਂ ਨਾਲ, ਜਿਹਦੇ 'ਚ ਫੂਡ ਵੀ ਪੈਦਾ ਹੁੰਦਾ ਰਹੇ, ਉਹ ਸੇਫ ਵੀ ਹੋਵੇ ਅਤੇ ਸਾਡੀ ਇਨਵਾਇਰਮੈਂਟ, ਪਾਣੀ, ਹਵਾ, ਲੈਂਡ, ਸੋਇਲ ਫਰਟੀਲਿਟੀ ਸਾਡੀ ਉਹ ਬਚੀ ਰਹੇ। ਹੁਣ ਜਦੋਂ ਇਹ ਬਾਜਵਾ ਸਾਹਿਬ ਸੋਰੀ, ਮੈਨੂੰ ਨਾ ਜੋ ਸੋ ਫਾਰ ਹੁਣ ਤੱਕ ਸਮਝ ਆਇਆ ਜੋ ਤੁਸੀਂ ਕਹਿ ਰਹੇ ਹੋ, ਮੈਂ ਵੀ ਸਟੱਡੀ ਕੀਤਾ ਸੀਗਾ, ਇਹ ਜਿਹੜੀ UN ਵੱਲੋਂ ਸਟੱਡੀ ਕਰਾਈ ਗਈ ਹੈ, ਤੁਸੀਂ ਇਹ ਬੇਸਿਕਲੀ ਇਹ ਕਹਿ ਰਹੇ ਹੋ ਕਿ ਹਾਲੇ ਤਾਂ ਉਹ ਕਮੇਟੀ ਆਪਦੀ ਰੈਕਮੈਂਡੇਸ਼ਨ ਦਊਗੀ, ਪਰ ਹਰ ਕੰਟਰੀ 'ਤੇ ਮੈਂਡੇਟ ਹੋਊਗਾ ਇੰਪਲੀਮੈਂਟੇਸ਼ਨ ਲਈ, ਉਹ ਅਗਲੇ ਮੈਂਡੇਟ ਕਰਨਗੇ ਕਿ ਨਹੀਂ ਕਰਨਗੇ ਉਹਨਾਂ ਵਾਲਾ ਵਕਤ ਦੱਸੂਗਾ। ਪਰ ਮੈਨੂੰ ਇਹ ਦੱਸੋ ਕਿ ਇਹ ਪਾਸੀਬਲ ਆ ਕਿ ਜਿੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਉਸ ਤੋਂ ਬਾਅਦ ਮੈਂ ਆਪਦਾ ਇੱਕ ਕੁਐਸਚਨ ਇਹ ਪੁੱਛਣਾ ਹੈ ਕਿ ਜਿਹੜਾ ਪਾੜਾ ਆ ਕਿ ਇੱਕ ਪਾਸੇ ਓਬੀਸੀਟੀ ਦੀ ਪ੍ਰੋਬਲਮ ਹੈ ਕਿ ਲੋਕ ਬਹੁਤ ਜ਼ਿਆਦਾ ਖਾ ਰਹੇ ਆ, ਉਹਨਾਂ ਕੋਲ ਅਵੇਲੇਬਲ ਹੈ ਫੂਡ, ਇੱਕ ਪਾਸੇ ਲੋਕ ਇੱਕ ਟਾਈਮ ਦਾ ਵੀ ਨਹੀਂ ਖਾ ਰਹੇ, ਉਹ ਵਿਚਾਰਿਆਂ ਨੂੰ ਭੁੱਖਾ ਸੌਣਾ ਪੈਂਦਾ ਹੈ, ਕੀ ਇਹ ਜਿਹੜੀ ਸਟੱਡੀਜ਼ ਹੋਈਆਂ ਆ ਕੀ ਕੋਈ ਰੈਕਮੈਂਡੇਸ਼ਨ ਹੋਊਗੀ ਕਿ ਉਹ ਜਿਹੜਾ ਪਾੜਾ ਘੱਟ ਹੋ ਸਕੇ? ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਬਾਜਵਾ ਸਾਹਿਬ, ਉਸ ਤੋਂ ਬਾਅਦ ਫਿਰ ਜੁੜਦੇ ਹਾਂ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਰਿਸ਼ਪਾਲ ਸਿੰਘ ਬਾਜਵਾ ਡਾਕਟਰ ਸਾਹਿਬ, ਬਹੁਤ ਚੰਗਾ ਇਲੈਬਰੇਟ ਕਰ ਰਹੇ, ਪਰ ਆਪਾਂ ਬਾਕੀ ਦੀਆਂ ਗੱਲਾਂ ਬਾਅਦ 'ਚ ਪੁੱਛਦੇ ਹਾਂ, ਛੋਟੀ ਜਿਹੀ ਬ੍ਰੇਕ ਲਈ ਆਪਾਂ ਰੁਕ ਰਹੇ ਹਾਂ, ਇੱਦਾਂ ਹੀ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਮੈਂ ਤੁਹਾਡਾ ਗੁਰਲਾਲ, ਤੁਹਾਡੇ ਰੂਬਰੂ ਹੁਣ ਟਿਊਜ਼ਡੇ, ਵੈਂਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ। ਦਰਸ਼ਕੋ ਆਪਣਾ ਡਾਕਟਰ ਸਾਹਿਬ ਬਣੇ, ਡਾਕਟਰ ਸਾਹਿਬ ਡਾਕਟਰ ਰਿਸ਼ਪਾਲ ਸਿੰਘ ਜੀ ਬਾਜਵਾ, ਬਾਜਵਾ ਸਾਹਿਬ ਤੁਸੀਂ ਬਹੁਤ ਸੋਹਣਾ ਡਾਕਟਰ ਸਾਹਿਬ ਕਹਿ ਰਹੇ ਸੀਗੇ ਕਿ ਇਹ ਜਿਹੜੀ ਸਟੱਡੀਜ਼ ਹੈ ਇਹ 400 ਤੋਂ ਉੱਪਰ ਐਕਸਪਰਟ ਅਤੇ ਸਾਇੰਟਿਸਟਾਂ ਨੇ ਕੀਤੀ ਹੈ, ਅਤੇ ਉਹਨਾਂ ਦਾ ਸਬਮਿਟ ਵੀ ਹੋਣ ਜਾ ਰਿਹਾ ਹੁਣ 23 ਤਰੀਕ ਨੂੰ UN ਦੇ ਵਿੱਚ। ਮੈਨੂੰ, ਮੈਂ ਜਿਹੜੀ ਬ੍ਰੇਕ ਤੋਂ ਪਹਿਲਾਂ ਗੱਲ ਪੁੱਛਦਾ ਸੀਗਾ ਕਿ ਇੱਕ ਜਗ੍ਹਾ ਲੋਕ ਜੋ ਹੈ ਫੂਡ ਇੱਕ ਟਾਈਮ ਹੀ ਪ੍ਰੋਵਾਈਡ ਆਪਣੇ ਬੱਚਿਆਂ ਨੂੰ ਤਾਂ ਆਪਣੇ ਆਪ ਨੂੰ ਕਰ ਸਕਦੇ, ਇੱਕ ਜਗ੍ਹਾ ਓਬੀਸਿਟੀ ਦੀ ਪ੍ਰੋਬਲਮ ਹੈ ਕਿ ਫੂਡ ਜ਼ਿਆਦਾ ਆ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਕਈ ਕੰਟਰੀਆਂ 'ਚ 62,000 ਟਨ ਤੋਂ ਉੱਪਰ ਵੀ ਫੂਡ ਵੇਸਟ ਹੋਇਆ, ਪਿਛਲੇ ਸਾਲ ਦੀ ਸਟੱਡੀ ਦੱਸਦੀ ਹੈ। ਹੁਣ ਜੇ ਆਹ ਇਹਨਾਂ ਦੀਆਂ ਰੈਕਮੈਂਡੇਸ਼ਨ ਦੇ ਦਿੰਦੇ ਹੋ ਸਬਮਿਟ ਕਰਕੇ UN ਦੇ ਵਿੱਚ, ਕੀ ਉਹਨਾਂ ਦੇ ਵਿੱਚ ਤੁਹਾਨੂੰ ਕੁਛ ਲੱਭਾ, ਤੁਹਾਨੂੰ ਲੱਗਦਾ ਆ ਕਿ ਆਹ ਜਿਹੜਾ ਪਾੜਾ ਹੈ ਕਿ ਹਰ ਬੰਦੇ ਨੂੰ 2 ਵਕਤ ਦਾ ਖਾਣਾ, 3 ਵਕਤ ਦਾ ਖਾਣਾ ਜੋ ਵੀ ਹੈ ਉਹ ਮਿਲ ਸਕੂਗਾ, ਜਾਂ ਪਾੜਾ ਥੋੜ੍ਹਾ ਘੱਟ ਹੋ ਸਕੂਗਾ? ਦੇਖੋ ਜੀ ਗੁਰਲਾਲ ਜੀ, ਪਹਿਲਾਂ ਮੈਂ ਆਪਾਂ ਦੱਸਿਆ ਸੀ ਵੀ ਇਹ ਰਿਕਮੈਂਡੇਸ਼ਨਸ ਹੈ ਜੀ, ਇਹਨਾਂ ਨੂੰ ਜਿਹੜਾ ਅਡਾਪਟ ਕਰਨਾ ਹੈ ਉਹ ਗੌਰਮੈਂਟਸ 'ਤੇ, ਲੋਕਲ 'ਤੇ ਅਤੇ ਇੰਟਰਨੈਸ਼ਨਲ ਕੰਟਰੀਆਂ 'ਤੇ ਡਿਪੈਂਡ ਕਰਦੇ। ਪਰ ਇਹ ਚੀਜ਼ ਹੈ ਕਿ ਜਿਹੜੇ ਲੋਕ ਭੁੱਖੇ ਰਹਿੰਦੇ ਆ ਉਹਨਾਂ ਕੋਲ ਅੱਗੇ ਆਪਾਂ ਦੱਸਿਆ ਵੀ ਪਰਚੇਜ਼ਿੰਗ ਪਾਵਰ ਹੀ ਹੈ ਨਹੀਂ, ਪਰ ਜਿਹੜੇ ਹੁਣ ਇਹ ਓਬੀਸਿਟੀ 'ਤੇ ਦੂਜੇ ਨਾਲ ਹੁੰਦੇ ਆ, ਇਹ ਕੋਈ ਜ਼ਰੂਰੀ ਨਹੀਂ ਹੈ ਵੀ ਉਹ ਬਹੁਤ ਕੁਛ ਖਾਂਦੇ ਆ, ਉਹਨਾਂ ਨੂੰ ਇਹ ਜਿਹੜੇ ਅੱਜ ਕੱਲ੍ਹ ਫਾਸਟ ਫੂਡ, ਜੰਕ ਫੂਡ ਮਿਲਦੇ ਆ, ਇਹ ਉਹਦਾ ਰਿਜ਼ਲਟ। ਔਰ ਜਿਹੜੇ ਕਿ ਅੱਜ ਕੱਲ੍ਹ ਕਾਰਪੋਰੇਟ ਨੇ ਜਾਂ ਦੂਜਿਆਂ ਨੇ, ਆਪਾਂ ਜਿਨ੍ਹਾਂ ਨੂੰ ਫੂਡ ਨੂੰ ਉਹ ਵੈਲਿਊ ਐਡੀਸ਼ਨ ਦੇ ਨਾਲ ਬਣਾਉਂਦੇ ਆ, ਉਹ ਪ੍ਰੋਸੈਸਡ ਫੂਡ ਦਾ, ਸਟੋਰੇਜ ਫੂਡ ਦਾ, ਉਹ ਫਰੋਜ਼ਨ ਫੂਡ ਦਾ ਅਸਰ ਹੈ। ਹੁਣ ਤੁਸੀਂ ਦੱਸਿਆ ਵੀ ਜਿਹੜੀਆਂ ਇਹਨਾਂ ਨੇ ਰਿਕਮੈਂਡੇਸ਼ਨ ਕੀਤੀਆਂ,
ਉਹਦੇ ਰਿਕਮੈਂਡੇਸ਼ਨ ਤੇ ਇਹ ਚੀਜ਼ਾਂ ਅਲਟੀਮੇਟਲੀ ਇਹ ਅਚੀਵ ਕਰਨੀ। ਇੱਕ ਤਾਂ ਫੂਡ ਸਿਕਿਉਰਿਟੀ ਫਾਰ ਐਵਰੀਵਨ, ਇੱਕ ਡਾਇਟਰੀ ਕੁਆਲਿਟੀ, ਚੰਗੀ ਕੁਆਲਿਟੀ ਦਾ ਫੂਡ ਬਣਾਓ, ਇਨਵਾਇਰਮੈਂਟ ਨੂੰ ਸਸਟੇਨ ਕਰੋ, ਜਿਹੜੀ ਹੰਗਰ ਅਮੇਡ ਅਬੰਡੈਂਸ ਹੈ ਉਹਨੂੰ ਖਤਮ ਕਰੋ, ਜਿਹੜੀਆਂ ਇਨਇਕੁਆਲਿਟੀਜ਼ ਬਿਟਵੀਨ ਕੰਟਰੀਜ਼ ਵਿਦ ਇਨ ਦਾ ਕੰਟਰੀ ਅਤੇ ਵਿਦ ਇਨ ਦਾ ਜੈਂਡਰ ਉਹਨੂੰ ਖਤਮ ਕਰੋ, ਚਾਈਲਡ ਲੇਬਰ ਜਿਹੜੀ ਐਗਰੀਕਲਚਰ 'ਚ ਲੱਗਦੀ ਹੈ ਉਹਨੂੰ ਬੰਦ ਕਰੋ, ਜਿਹੜੀ ਪਾਵਰਟੀ ਇਨ ਫਾਰਮਰਸ ਹੈ ਉਹਨੂੰ ਠੀਕ ਕਰੋ, ਇਹਦਾ ਮਤਲਬ ਉਹਨਾਂ ਨੂੰ ਪ੍ਰਾਈਸਿਸ ਪ੍ਰੋਪਰ ਦਿਓ, ਔਰ ਜਿਹੜੀਆਂ ਇਲ ਮੈਨੇਜਡ ਮਾਰਕੀਟ ਸਟ੍ਰੈਟਜੀਜ਼ ਹੈ ਉਹਨਾਂ ਨੂੰ ਠੀਕ ਕਰੋ। ਸਟਰਗਲ ਫਿਰ ਜਿਹੜੀ ਹੋ ਰਹੀ ਹੈ ਹੁਣ ਕੋਵਿਡ-19 ਵੀ ਆ ਗਿਆ, ਉਹਦੇ ਨਾਲ ਕੁਛ ਇੰਪੈਕਟ ਜਿਹੜੇ ਜ਼ਿਆਦਾ ਪਏ ਆ ਪੂਅਰ ਪਾਰਟ 'ਚ, ਉਹਨਾਂ ਨੂੰ ਵੀ ਇਹ 'ਚ ਠੀਕ ਕਰੋ। ਔਰ ਮੁੜ ਕੇ ਜਿਹੜੀ ਵਰਲਡ ਦੀ ਦੁਨੀਆ 'ਚ ਹੈ ਉਹ ਮਾਲ ਨਿਊਟ੍ਰੀਸ਼ਨ ਨੂੰ ਘਟਾਓ, ਚੰਗੀ ਕੁਆਲਿਟੀ ਦੇ ਫੂਡ ਦਿਓ। ਹੁਣ ਜਿਹੜੀਆਂ ਆਪਣੀਆਂ ਗਰੋਇੰਗ ਪਾਪੂਲੇਸ਼ਨ ਹੈ ਖਾਸ ਕਰਕੇ ਅਮਰੀਕਾ ਅਫਰੀਕਨ ਕੰਟਰੀ 'ਚ, ਉਹ ਬੜੀਆਂ ਜ਼ਿਆਦਾ ਹੋ ਜਾਣਗੀਆਂ। 2099 ਤੱਕ ਉੱਥੇ 4 ਬਿਲੀਅਨ ਲੋਕ ਹੋਣ ਦਾ ਖਦਸ਼ਾ ਹੈ। ਉਹਨਾਂ ਦੇ ਰਿਸੋਰਸ ਪੂਅਰ ਹੈ, ਇਨਕਮ ਘੱਟ ਹੈ, ਕਲਾਈਮੇਟ ਮਾੜੀ ਹੈ, ਪਾਣੀ ਹੈ ਨਹੀਂ। ਸੋ ਇਹ ਇੱਕ ਵਰਲਡ ਦੀ ਡਿਊਟੀ ਬਣ ਜਾਏਗੀ ਵੀ ਅਫਰੀਕਨ ਕੰਟੀਨੈਂਟ ਨੂੰ ਕਿਵੇਂ ਕਰਨ। ਔਰ ਸਭ ਤੋਂ ਜਿਹੜੀ ਇਹ 'ਚ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਕਿ ਉਹਦੇ 'ਚ ਇਹ ਲਿਖਿਆ ਗਿਆ ਕਿ 2050 ਤੱਕ $8 ਟ੍ਰਿਲੀਅਨ ਦਾ ਇੱਕ ਐਮਰਜੈਂਸੀ ਫੰਡ ਇਕੱਠਾ ਹੋਣਾ ਚਾਹੀਦਾ ਕਿਸੇ ਲੈਵਲ 'ਤੇ ਵਰਲਡ ਬੈਂਕ ਕੋਲ, ਦੂਜਿਆਂ ਕੋਲ ਪਿਆ ਹੋਵੇ, ਕਿਉਂਕਿ ਕੋਈ ਇਹੋ ਜਿਹੀਆਂ ਐਮਰਜੈਂਸੀਜ਼ ਆਉਣਗੀਆਂ ਕਲਾਈਮੇਟ ਦੀਆਂ, ਉਹਦੇ ਵਾਸਤੇ ਅਸੀਂ ਤਿਆਰ ਰਹੀਏ। ਹੁਣ ਇਹਦਾ ਜਿਹੜਾ ਇੱਕ ਉਹਨਾਂ ਨੇ ਕਿਹਾ ਹੈ ਵੀ ਇਹਦੇ ਵਾਸਤੇ ਜਿਹੜੀ ਸਮਾਲ ਸਕੇਲ ਫਾਰਮਿੰਗ ਸੀ ਪਹਿਲਾਂ, ਇਹ ਇੱਕ ਕਾਫੀ ਚੰਗੀ ਚੀਜ਼ ਹੈ, ਪੇਂਡੂ ਲੈਵਲ 'ਤੇ ਇਹਨੂੰ ਕਰੋ, ਇਹਦੇ ਨਾਲ ਬਾਇਓਡਾਇਵਰਸਿਟੀ ਵੀ ਬਚਦੀ ਹੈ ਔਰ ਯੀਲਡ 'ਚ ਕੋਈ ਬਾਹਲਾ ਫਰਕ ਨਹੀਂ ਪੈਂਦਾ, ਕਲਾਈਮੇਟ ਇਹਦੇ ਨਾਲ ਬਚ ਜਾਂਦੀ ਹੈ। ਸੋ ਇਹੋ ਜਿਹੀਆਂ ਉਹਨਾਂ ਨੇ ਰਿਕਮੈਂਡੇਸ਼ਨਸ ਦਿੱਤੀਆਂ। ਹੁਣ ਅੱਗੋਂ ਚੱਲ ਕੇ ਆਪਾਂ ਆਉਂਦੇ ਹਾਂ ਵੀ ਜਿਹੜੀਆਂ ਉਹਨਾਂ ਨੇ ਉਹ ਦਿੱਤੀਆਂ ਰਿਕਮੈਂਡੇਸ਼ਨ 2 ਕਮੇਟੀ ਦੀਆਂ, ਉਹ ਜ਼ਿਆਦਾ ਇੰਪੋਰਟੈਂਟ ਬਣ ਜਾਂਦੀਆਂ ਵੀ ਗਲੋਬਲ ਸਮਿਟ ਹੋਣੀ ਹੈ ਔਰ ਉਹ ਗਲੋਬਲ ਸਮਿਟ 'ਚ ਹੋ ਸਕਦਾ ਇਹਨਾਂ ਨੂੰ ਕੁਛ ਡਿਸਕਸ ਜਿਹੜਾ ਹੈ ਕੀਤਾ ਜਾਏ। ਪਰ 31 ਅਗਸਤ 2021 ਤੱਕ ਜਿਹੜੀ ਯੂਨਾਈਟਿਡ ਨੇਸ਼ਨ ਦੀ ਫੂਡ ਸਿਕਿਉਰਿਟੀ ਸਿਸਟਮ ਹੈ ਉਹਨਾਂ ਨੇ ਕੋਈ ਅਕਾਊਂਟੇਬਿਲਟੀ ਦਾ ਮੈਕਨਿਜ਼ਮ ਹਾਲੇ ਅਨਾਊਂਸ ਨਹੀਂ ਕੀਤਾ। ਉਹਦੀ ਜਿਹੜੀ ਕਮਿਟਮੈਂਟ ਹੈ ਫਾਰ ਇਨਵੈਸਟਮੈਂਟਸ ਜਿਹੜੀਆਂ ਹੁੰਦੀਆਂ ਹੈ ਰਿਕਮੈਂਡੇਸ਼ਨ 'ਤੇ, ਉਹ ਵਲੰਟਰੀ, ਉਹਨਾਂ ਨੂੰ ਤੁਸੀਂ ਕੁਛ ਕਰ ਨਹੀਂ ਸਕਦੇ, ਪਰ ਉਹਨਾਂ ਨੂੰ ਤੁਸੀਂ ਫਾਲੋ ਕਰ ਸਕਦੇ ਜੇ ਵੀ ਤੁਸੀਂ ਕਮਿਟ ਕਰਕੇ ਗਏ ਸੀ ਬਾਇਲੈਟਰਲ ਜਾਂ ਮਲਟੀਲੈਟਰਲ ਐਗਰੀਮੈਂਟ 'ਚ ਵੀ ਤੁਸੀਂ ਇਹ ਪੈਸੇ ਭੇਜੋ। ਪਰ ਉਹਦੇ ਵਾਸਤੇ ਕੀ ਹੋਣਾ ਚਾਹੀਦਾ ਕਿ ਜਿਹੜੀ ਉਹ ਆਪਣੀ ਯੂਨਾਈਟਿਡ ਨੇਸ਼ਨ ਦੀ ਫੂਡ ਸਿਕਿਉਰਿਟੀ ਸਿਸਟਮ ਹੈ ਉਹਦੇ ਵਾਸਤੇ ਜਿਹੜੀ ਮਨੀ ਆਉਣੀ ਹੈ ਉਹ ਜਿੰਨਾ ਚਿਰ ਟੇਬਲ 'ਤੇ ਨਹੀਂ ਆਏਗੀ ਉਹਨਾਂ ਚਿਰ ਗਾਂ ਜਿਹੜੀਆਂ ਪੋਲਿਸੀਜ਼ ਹੈ ਉਹਨਾਂ ਨੂੰ ਲਾਉਣਾ ਬਹੁਤ ਔਖਾ ਹੋ ਜਾਏਗਾ। ਸੋ ਹੁਣ ਉਹਨਾਂ ਨੂੰ ਉਹਨਾਂ ਨੇ ਕਿਹਾ ਕੁਛ ਵੀ ਕੀ ਕਰਨਾ ਚਾਹੀਦਾ ਯੂਨਾਈਟਿਡ ਨੇਸ਼ਨ ਫੂਡ ਸਿਕਿਉਰਿਟੀ ਸਿਸਟਮ ਨੂੰ। ਇੱਕ ਤਾਂ ਉਹਨਾਂ ਨੂੰ ਸਪੈਸੀਫਿਕ ਸਟੈਪ ਲੈਣੇ ਚਾਹੀਦੇ ਹੈ ਫਾਰ ਆਲ ਸਟੇਕ ਹੋਲਡਰ। ਜਦੋਂ ਆਪਾਂ ਆਲ ਸਟੇਕ ਹੋਲਡਰ ਕਹਿੰਦੇ ਹਾਂ ਉਹਦਾ ਮਤਲਬ ਇਹ ਹੈ ਕਾਰਪੋਰੇਟ ਪਾਲਿਸੀ ਮੇਕਰ, ਪ੍ਰਾਈਵੇਟ ਹੋਵੇ ਚਾਹੇ ਗਵਰਨਮੈਂਟ ਹੋਵੇ ਅਤੇ ਚਾਹੇ ਜਿਹੜੇ ਕੰਜ਼ਿਊਮਰ ਗਰੁੱਪ ਹੋਣ ਅਤੇ ਸਿਵਲ ਸੁਸਾਇਟੀ ਹੋਵੇ। ਫਿਰ ਇਹਨਾਂ ਨੂੰ ਸਪੈਸੀਫਿਕ ਟਾਰਗੇਟਸ ਦੇਣੇ ਚਾਹੀਦੇ ਹਨ ਬਈ ਤੁਸੀਂ ਇੰਨੇ ਚਿਰ 'ਚ ਇਹ ਚੀਜ਼ ਨੂੰ ਲਾਗੂ ਕਰੋ। ਇਸ ਤੋਂ ਅੱਗੇ ਸਿਗਨੀਫਿਕੈਂਟ ਜਿਹੜੀ ਹੈ ਇਹਦੀ ਡਿਵੈਲਪਮੈਂਟ ਦੇ, ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਸੋਰੀ ਤੁਹਾਨੂੰ ਕੱਟ ਕਰਨਾ ਪਿਆ, ਮੈਂ ਜਿੱਥੇ ਮੈਨੂੰ ਸਮਝ ਆਈ ਆ, ਆਪਾਂ ਜੇ ਸਾਰੀਆਂ ਰੈਕਮੈਂਡੇਸ਼ਨ ਲਾਗੂ ਕਰਦੇ ਜੋ ਜਿੱਦ ਤੱਕ ਉਹਨਾਂ ਨੇ ਕਿਹਾ ਆ, ਉਹ ਤੱਕ ਜਾਂ ਤਾਂ ਕੰਜ਼ਿਊਮਰ ਜਿਹੜਾ ਕੰਜ਼ਿਊਮ ਕਰਨ ਵਾਲਾ ਹੈ ਉਹ ਸੈਟਿਸਫਾਈ ਹੋਊਗਾ ਜਾਂ ਫਿਰ ਸਟੇਕ ਹੋਲਡਰ ਅਤੇ ਪੋਲਿਸੀ ਮੇਕਰ ਹੋਣਗੇ। ਇਹ ਗੱਲ ਇੱਕ ਦੂਜੇ ਨਾਲ ਮੈਚ ਨਹੀਂ ਕਰ ਰਹੀ, ਜੇ ਕਿਸ ਤਰ੍ਹਾਂ ਕਰੂਗੀ ਤਾਂ ਮੈਨੂੰ ਸਮਝਾਇਓ ਜ਼ਰੂਰ। ਉਹ ਇਸ ਤਰ੍ਹਾਂ ਹੈ ਜੀ, ਜਿਹੜੇ ਅੱਗੇ ਉਹ ਅੱਗੇ ਚੱਲ ਕੇ ਆਉਣਾ ਹੈ ਜੀ ਜੀ, ਬਈ ਇਹ ਜਦੋਂ ਇਹ ਟਾਰਗੇਟ ਜਿਹੜੇ ਦਿੱਤੇ ਜਾਣ ਇਹਨਾਂ ਦਾ ਲੇਖਾ ਜੋਖਾ ਦੇ ਸਿਸਟਮ ਬਣ ਜਾਣ, ਜਿਹੜਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਸਿਸਟਮ ਵਾਲੇ ਲੋਕ ਹੈ ਇਹ ਆਪਣੀ ਅਕਾਊਂਟੇਬਿਲਟੀ ਟ੍ਰਾਂਸਪੇਰੈਂਸੀ ਉਹਨਾਂ ਨੂੰ ਬਈ ਕਿੰਨਾ ਕੰਮ ਤੁਸੀਂ ਕਿੱਥੇ ਕੀਤਾ ਉਹ ਕਰਕੇ ਉਹ ਆ ਜਾਏਗਾ। ਹੁਣ ਅੱਗੋਂ ਇਹ ਹੈ ਵੀ ਉਹ ਜਿਹੜੇ 2 ਰਿਪੋਰਟਸ ਹੈ ਜਿਹੜੀਆਂ ਉਹਨਾਂ 'ਚੋਂ
उन्होंने की कढ़िया, उन्होंने कढ़िया ये है भी एक तो सिस्टम है जिहड़ा कारपोरेट एग्रीकल्चर इंडस्ट्रियल एग्रीकल्चर चल रहा है भाई इहनू कंटिन्यू करना। दूजे बन्ने उन्होंने ये कहा कि जिहड़ी सिविल सोसाइटी या दूजिया या जिते पब्लिक की डिमांड्स नू मीट किया जाए भाई वह कि स्टडी लानी तो वो जिहड़ियां दो स्टडीज़ हैं वो आप अगे उन्होंने देखते हैं दे आर क्वाइट डिफरेंट। अगर एक डोमीनेट कर जाएगी तो उसका की इफेक्ट होगा, अगर दूजी डोमीनेट करेगी तो उसका की इफेक्ट होगा। हुण आपां अगों उसे ते ही आवांगे। इस तो पहला ये जो असी पहला सारी गल कीती है इन्हां नूं लाउण वास्ते जिहड़ियां है डिटरमीनेशन होना चाहिए, गवर्नमेंट्स की जिहड़ी विलिंगनैस होनी चाहिए है, जिन्हें स्टेक होल्डर है उन्हां दी कमिटमेंट होनी चाहिए है, एनवायरमेंट वास्ते दूजे वास्ते वो सारिया चीज़ा जिहड़ियां ऑन द टेबल होनी चाहिए है, और इन्हां सारिया पार्टियां नूं विच बिठा के गल करनी चाहिए है। चार स्टेक होल्डर हैं, एक तो जिहड़ी आ कारपोरेट या दूजी कंपनी जिहड़ी एग्रीकल्चर या दूजिया चीज़ा दियाँ इनपुट्स वेचती है, नंबर दो जिहड़ी मौके की गवर्नमेंट है चाहे वह स्टेट की हो चाहे वह किसी कंट्री के सेंट्रल लैवल की हो। इस तो अगे जिहड़े कंज्यूमर ग्रुप है उन्होंने भी बैठना, एक तो कंज्यूमर ग्रुप है, कंज्यूमर ग्रुप है ट्रेडर्स के, एक तो उन्होंने बहना, और उदू बाद जिहड़े साडे सिविल सोसाइटी के एक्टिविस्ट हैं जां जिहड़े समाजिक चीज़ां नूं भाई जे उन्हां नाल कोई सोसाइटी का नफा नुकसान हुंदा है तो ये चारे लोगों नूं उह रिकमेंड करदे आ तुसीं बैठ के जिहड़ी पॉलिसी के पिछे जाना है, अगर कारपोरेट ते जाना है उहदे ते कोई कोई रिस्ट्रिक्शन लाओ, जे तुसीं उह दूजी करनी है जिहदे विच कैमिकल फार्मिंग नहीं होनी ते उह तुसीं उहदे वास्ते जाओ, और उहदे वास्ते जिहड़े अगे की असर उन्होंने दस्से है दोनों सिस्टम नूं उन्होंने स्टडी करके भाई 2045 तक दुनिया के फूड सिस्टम ਕਿਵੇਂ ਲੱਗਣਗੇ ਅਗਰ ਇੱਕ ਪਾਲਿਸੀ ਬਣ ਗਈ ਅਗਰ ਦੂਜੀ ਬਣ ਗਈ ਸੋ ਉਹ ਚੀਜ਼ਾਂ ਅੱਗੇ ਆਪਾਂ ਡਿਸਕਸ ਕਰਦੇ ਹਾਂ। ਜੀ ਜੀ ਪਰ ਡਾਕਟਰ ਸਾਹਿਬ ਹਾਲੇ ਆਪਾਂ ਲੈਂਦੇ ਹਾਂ ਬ੍ਰੇਕ ਥੋੜ੍ਹੇ ਚਿਰ ਤਾਈਂ, ਮੈਨੂੰ ਨਾ ਇੱਕ ਗੱਲ ਵਿੱਚੋਂ ਥੋੜ੍ਹੀ ਜਿਹੀ ਹੋਰ ਸਮਝਾਓ। ਮੰਨ ਲਓ ਜੇ ਆਪਣੀ ਜਿਹੜੀ ਇਹਨਾਂ ਦੀ ਪਾਲਿਸੀ ਹੋ ਸਕਦਾ ਤੁਸੀਂ ਲੇਟਰ ਔਨ ਕਵਰ ਕਰਨਾ ਹੋਵੇ ਪਰ ਮੇਰੇ ਦਿਮਾਗ ਜ਼ਹਿਨ ਦੇ ਵਿੱਚੋਂ ਤੰਗ ਕਰ ਰਿਹਾ ਕੁਐਸਚਨ, ਜਿਹੜੀ ਪਾਲਿਸੀ ਉਹ ਜੇ ਮੰਨ ਲਓ ਕਹਿੰਦੇ ਕਾਰਪੋਰੇਟ ਘਰਾਣਿਆਂ ਵਾਲੀ ਵੀ ਉਹ ਜ਼ਿਆਦਾ ਫਾਇਦੇਮੰਦ ਹੈ, ਆਪਾਂ ਇਹਨਾਂ ਨੂੰ ਯੂਰੋਪੀਅਨ ਯੂਨੀਅਨ ਜਾਂ ਅਮੈਰੀਕਨ ਕੈਨੇਡਾ ਨੂੰ ਛੱਡ ਦਈਏ, ਅਮੈਰੀਕਾ ਨੂੰ ਕੈਨੇਡਾ ਨੂੰ, ਏਸ਼ੀਆ ਦੇ ਬਹੁਤ ਦੇਸ਼ ਆ ਜਿਹੜੇ ਉਸ ਚੀਜ਼ ਨੂੰ ਸੂਟ ਨਹੀਂ ਕਰਨਗੇ, ਉਹਦਾ ਹੀ ਰਿਜ਼ਲਟ ਹੈ ਕਿ ਅੱਜ ਆਪਣੇ ਕਿਸਾਨ ਪ੍ਰੋਟੈਸਟ ਕਰ ਰਹੇ ਹੈ, ਉਹਦਾ ਉਹਦੀ ਖਿਲਾਫਤਾ ਕਰ ਰਹੇ ਹਾਂ। ਪਰ ਜੇ UN ਵੱਲੋਂ ਇਹ ਫੋਰਸ ਕੀਤਾ ਗਿਆ ਕਿ ਉਹ ਏਸ਼ੀਆ ਦੇ ਵਿੱਚ ਉਹਦੀ ਰਿਐਕਸ਼ਨ ਕਿੱਦਾਂ ਦੀ ਹੋਊਗੀ ਜਿਹੜੇ ਦੇਸ਼ਾਂ 'ਚ ਇਹ ਚੀਜ਼ਾਂ ਪ੍ਰੋਫਿਟੇਬਲ ਨਹੀਂ ਹੈ। ਦੇਖੋ ਆਪਾਂ ਪਹਿਲਾਂ ਹੀ ਇੱਕ ਗੱਲ ਕਹੀ ਸੀ, ਯੂਨਾਈਟਿਡ ਨੇਸ਼ਨਸ ਵੀ ਕਿਸੇ ਨੂੰ ਇਹਦੀਆਂ ਫੂਡ ਪਾਲਿਸੀਆਂ ਦੂਜੀਆਂ ਉਹ ਬਣਾਉਂਦੇ ਹੈ, ਉਹ ਰਿਕਮੈਂਡੇਸ਼ਨ ਦਿੰਦੇ ਹੈ ਤੂੰ ਕਿਹੜੇ ਐਕਸਟੈਂਟ ਤੱਕ ਜਿਨ੍ਹਾਂ ਨੇ ਲਾਉਣੀ ਹੈ ਕਿਵੇਂ ਲਾਉਣੀ ਹੈ ਉਹ ਬਿਲਕੁਲ ਗੌਰਮੈਂਟ ਦੇ ਹੱਥ 'ਚ ਹੁੰਦਾ, ਉਹਨੂੰ ਉਹ ਡਿਲੇ ਵੀ ਕਰ ਸਕਦੇ ਹੈ, ਉਹਨੂੰ ਉਹ ਇਮੀਡੀਏਟਲੀ ਲਾ ਵੀ ਸਕਦੇ ਹੈ। ਮੇਰੀ ਸਮਝ ਤਾਂ ਇਹੀ ਆਉਂਦਾ। ਕਈ ਹੁਣ ਵੇਖੋ ਕਨਫਲਿਕਟ ਰੈਜੂਲੇਸ਼ਨ ਹੁੰਦਾ, ਕਈ ਵਾਰੀ ਕੰਟਰੀਆਂ ਦੀ ਆਪਸ 'ਚ ਮਾੜੀ ਮੋਟੀ ਕੋਈ ਮਿਲੀਟਰੀ ਐਫਰਟ ਹੋ ਜਾਂਦਾ, ਚਲੋ ਉਹ ਜਾ ਕੇ ਸੀਜ਼ ਫਾਇਰ ਕਰਵਾ ਦਿੰਦੇ, ਸੀਜ਼ ਫਾਇਰ ਤੱਕ ਤਾਂ ਗੱਲ ਠੀਕ ਹੈ, ਪਰ ਉਹ ਜਿਹੜੇ ਅੱਗੇ ਮੁੱਦੇ ਹੈ ਉਹ ਤਾਂ ਸਾਲਾਂ ਵੱਧ ਹੀ ਲਮਕ ਜਾਂਦੇ। ਹੁਣ ਦੇਖੋ ਆਪਣਾ ਇੰਡੀਆ ਦੇ ਕਈ ਲਮਕੇ ਪਏ ਹੈ, ਇਵੇਂ ਕੋਈ ਚਾਈਨਾ ਦੇ ਲਮਕੇ ਹੈ, ਈਵਨ ਜਿਹੜੀ ਹੁਣ ਫੂਡ ਪਾਲਿਸੀ ਸੀਗੀ ਚਾਈਨਾ ਦੀ ਉਹ ਅਮੈਰੀਕਾ ਨੇ ਆਪਣੇ ਟਰੰਪ ਸਾਹਿਬ ਦੇ ਟਾਈਮ 'ਚ ਉਹਦੇ 'ਤੇ ਉਹ ਡਿਫਰੈਂਸ ਆਫ ਓਪੀਨੀਅਨ ਹੋ ਗਿਆ ਸੀ, ਉਹ ਕਿਹੜੇ ਹੱਦ ਤੱਕ ਹਾਲੇ ਠੀਕ ਹੋਈ ਹੈ ਜਾਂ ਨਹੀਂ ਹੋਈ ਹੈ, ਇਹ ਜਿਹੜੇ ਇਫੈਕਟ ਹੈ ਗੌਰਮੈਂਟ ਉਹ ਆਪਣਾ ਫਾਇਦਾ ਨੁਕਸਾਨ ਦੇਖਦੇ ਹੈ, ਉਹ ਆਪਣੇ ਲੋਕਾਂ ਨਾਲ ਜਿਹੜੇ ਉਹਨਾਂ ਦੇ ਆਪਣੇ ਇੰਟਰਸਟ ਹੈ ਉਹਨਾਂ ਦੀ ਕੰਟਰੀ ਦੇ ਉਹਨਾਂ ਦੀਆਂ ਲੋਕਾਂ ਦੇ ਉਹ ਅੱਗੇ ਰੱਖਦੇ ਹੈ, ਔਰ ਫਿਰ ਉਹ ਇਹ ਸੋਏ ਰਿਕਮੈਂਡੇਸ਼ਨ ਇਹਨਾਂ ਨੂੰ ਕਿੰਨੀ ਜਿਹੜੀ ਹੈ ਮਾਨਤਾ ਦੂਜੇ ਲੋਕ ਦਿੰਦੇ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ, ਕਿਉਂਕਿ ਰਿਸਰਚ ਦਾ ਮਤਲਬ ਤਾਂ ਇਹੀ ਹੈ ਕਿ ਆਹ ਚੀਜ਼ ਅਸੀਂ ਚੰਗੀ ਬਣਾਈ ਹੈ ਤੁਸੀਂ ਇਹਨੂੰ ਲਾਓ, ਪਰ ਅੱਗੋਂ ਜਿਹੜੀ ਲਾਉਣ 'ਤੇ ਉਹ ਪੂਰੀ ਡਿਕਟੇਟ ਨਹੀਂ ਕਰ ਸਕਦੀ। ਹਾਂ ਕਈ ਵਾਰੀ ਇੱਕ ਕੰਟਰੀ ਦੂਜੇ 'ਤੇ ਸੈਂਕਸ਼ਨਸ ਲਾ ਦਿੰਦੀ ਹੈ, ਜਿਵੇਂ ਆਪਣੇ ਈਰਾਨ 'ਤੇ ਲੱਗ ਗਈਆਂ ਸੀ ਵੀ ਤੁਸੀਂ ਆਹ ਨਿਊਕਲੀਅਰ
समझौता अगर साडे नाल नहीं करोगे असीं तुहाडी जिहड़ी ग्रांट ਉਹ ਬੰਦ ਕਰ ਬੰਦ ਕਰ ਕਈ ਵਾਰੀ ਜਿਹੜੇ ਵਰਲਡ ਬੈਂਕ ਦੇ ਪ੍ਰੋਗਰਾਮ ਹੁੰਦੇ ਆ ਉਹ ਉਹਨਾਂ ਨੂੰ ਚਿੱਠੀ ਪੱਤਰ ਪਾਉਂਦੇ ਰਹਿੰਦੇ ਬਈ ਤੁਸੀਂ ਵੇਖੋ 6 ਮਹੀਨੇ ਡਿਲੇ ਕਰ ਗਏ ਜੇ ਉਹ ਫਿਰ ਆਪਾਂ ਜਿਹੜੀ ਹੈ ਉਹ ਐਕਸਟੈਂਸ਼ਨ ਲੈ ਲੈਂਦੇ ਜਿਵੇਂ ਹੁਣ ਆਪਣੀ WTO ਦੇ ਨਾਲ ਜਿਹੜੀ ਸਬਸਿਡੀ ਦਾ ਮਾਮਲਾ ਜਿਹੜਾ ਸਬਸਿਡੀ ਦਾ ਮਾਮਲਾ ਹੈ ਉਹ ਇੰਟਰਮ ਲੀਜ਼ ਤੇ ਚੱਲ ਰਿਹਾ ਕਿਉਂਕਿ 17 ਚ ਉਹ ਖਤਮ ਕਰ ਦੇਣੀ ਸੀ ਅਸੀਂ ਫਿਰ ਕਿਹਾ ਜੀ ਨਹੀਂ ਸਾਨੂੰ ਥੋੜਾ ਅੱਗੇ ਚੱਲਣ ਦਿਓ ਕਿਉਂਕਿ ਸਾਡਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ 'ਚ ਅਸੀਂ ਫੂਡ ਖਰੀਦਦੇ ਹਾਂ ਲੋਕਾਂ ਨੂੰ ਦਿੰਦੇ ਹਾਂ ਪਰ ਉਹ ਵੀ ਇੱਕ ਟੈਂਪਰੇਰੀ ਸੈਟਅਪ ਹੈ ਤੋ ਇਸ ਤਰ੍ਹਾਂ ਇਹ ਚੀਜ਼ਾਂ ਜੀ ਗੁਰਲਾਲ ਜੀ ਡਾਕਟਰ ਸਾਹਿਬ ਆਪਾਂ ਨਾ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਉਸ ਤੋਂ ਬਾਅਦ ਇੰਪੈਕਟ ਕੀ ਹੋਣਗੇ ਦੋਨਾਂ ਚੀਜ਼ਾਂ ਦੇ ਜਿਹੜੀ ਵੀ ਰੈਕਮੈਂਡੇਸ਼ਨ ਉਹ ਦੇਣਗੇ ਅਤੇ ਉਹਨਾਂ ਦਾ ਇੰਪੈਕਟ ਕੀ ਹੋਊਗਾ ਪੂਰੇ ਵਰਲਡ 'ਚ ਅਤੇ ਨਾਲੇ ਆਪਣੇ ਏਸ਼ੀਅਨ ਕੰਟਰੀ 'ਚ ਮੈਂ ਖਾਸ ਕਰਕੇ ਇੰਡੀਆ ਅਤੇ ਪਾਕਿਸਤਾਨ ਨੂੰ ਲੈ ਲੈਣਾ ਕਰੀਬ ਕਰੀਬ ਜਿਹੜਾ ਸਿਸਟਮ ਹੈ ਉਹ ਪਹਿਲਾਂ ਦਾ ਹੀ ਚੱਲਿਆ ਆਉਂਦਾ ਆ ਅਤੇ ਉਹਨੂੰ ਜੇ ਮੰਨ ਲਓ ਕੋਈ ਫਾਇਦਾ ਹੁੰਦਾ ਦੇਖਿਆ ਤਾਂ ਲੋਕਾਂ ਦਾ ਜਿਹੜਾ ਬ੍ਰੇਨ ਆ ਉਹਨੂੰ ਅਡਾਪਟ ਕਿੱਦਾਂ ਕਰੂਗਾ ਉਹਨਾਂ ਚੀਜ਼ਾਂ 'ਤੇ ਆਪਾਂ ਗੱਲਾਂ ਕਰੇ ਬ੍ਰੇਕ ਤੋਂ ਬਾਅਦ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਇਸ਼ਪਾਲ ਸਿੰਘ ਬਾਜਵਾ ਬਹੁਤ ਸੋਹਣਾ ਲੈਬਰੇਟ ਕਰ ਰਹੇ ਜਿਹੜੀ ਆਹ ਸਪਟੈਂਬਰ 23 ਨੂੰ ਸਬਮਿਟ ਹੋਣੀ ਜਾ ਰਹੀ ਹੈ UN ਦੇ ਵਿੱਚ ਆਹ ਜਿਹੜੀਆਂ ਸਟੱਡੀਜ਼ ਕਰਵਾਈਆਂ ਗਈਆਂ ਬਹੁਤ ਸਾਰੇ ਕੁਐਸਚਨ ਹੋਰ ਉੱਠ ਕੇ ਆ ਰਹੇ ਪਰ ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ ਇੱਦਾਂ ਬਣੇ ਰਹੋ ਜਸ ਪੰਜਾਬੀ ਦੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਾਂ ਸਪਟੈਂਬਰ 23 ਨੂੰ ਹੋਣ ਵਾਲੇ ਸਮਿਟ ਬਾਰੇ ਗੱਲ ਕਰ ਰਹੇ ਹਾਂ ਜਿਹੜੀ UN ਨੇ ਸਟੱਡੀਜ਼ ਕਰਵਾਈਆਂ ਹੈਗੀਆਂ ਇੰਟਰਨੈਸ਼ਨਲ ਫੂਡ ਦੇ ਉੱਤੇ ਅਤੇ ਗਰੋਥ ਦੇ ਉੱਤੇ ਐਗਰੀਕਲਚਰ ਦੇ ਉੱਤੇ ਅਤੇ ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਇਸ਼ਪਾਲ ਸਿੰਘ ਬਾਜਵਾ ਬਾਜਵਾ ਸਾਹਿਬ ਡਾਕਟਰ ਸਾਹਿਬ ਹੁਣ ਮੈਨੂੰ ਪਹਿਲਾਂ ਤਾਂ ਇੰਪੈਕਟ ਦੱਸੋ ਵੀ ਦੋਨਾਂ 'ਚੋਂ ਕਿਹੜੀ ਰੈਕਮੈਂਡੇਸ਼ਨ ਜੇ ਮੈਂਡੇਟ ਹੁੰਦੀ ਹੈ ਬੋਲ ਤਾਂ ਰੈਕਮੈਂਡੇਸ਼ਨ ਹੀ ਹੁੰਦੀ ਹੈ ਮੈਂਡੇਟ ਤਾਂ ਉਹ ਕਰ ਨਹੀਂ ਸਕਦੇ UN ਪਰ ਫਿਰ ਵੀ ਜੇ ਕਿਤੇ ਨਾ ਕਿਤੇ ਕੋਈ ਉਹ ਫੋਰਸ ਕਰਦੇ ਆ ਤਾਂ ਮੈਨੂੰ ਦੱਸੋ ਦੋਨਾਂ 'ਚੋਂ ਇਹਨਾਂ ਦੇ ਇੰਪੈਕਟਸ ਕੀ ਹੋਣਗੇ ਦੇਖੋ ਜੀ ਇਹ ਜਿਹੜੀ ਰਿਪੋਰਟ ਸੀ ਉਹਨੇ ਦੋ ਚੀਜ਼ਾਂ ਆਈਡੈਂਟੀਫਾਈ ਕੀਤੀ ਇੱਕ ਨੂੰ ਉਹਨਾਂ ਨੇ ਨਾਂ ਦਿੱਤਾ ਐਗਰੀ ਬਿਜ਼ਨਸ ਐਜ ਯੂਜੂਅਲ ਉਹ ਹੈ ਕਾਰਪੋਰੇਟ ਮਾਡਲ ਕਿਉਂਕਿ ਜ਼ਿਆਦਾ ਦੁਨੀਆ 'ਚ ਅੱਜ ਕੱਲ੍ਹ ਉਹੀ ਚੱਲ ਰਿਹਾ ਅਮੈਰੀਕਾ ਯੂਰੋਪੀਅਨ ਯੂਨੀਅਨ ਕਨੇਡਾ ਆਸਟ੍ਰੇਲੀਆ ਉਹੀ ਚੱਲ ਰਿਹਾ ਆਪਣੇ ਕੰਟਰੀ 'ਚ ਵੀ ਕਾਫੀ ਐਕਸਟੈਂਟ ਤੱਕ 1991 ਤੋਂ ਉਹੀ ਕੰਮ ਚੱਲ ਰਿਹਾ ਔਰ ਦੂਜਾ ਉਹਨਾਂ ਨੇ ਕਿਹਾ ਉਹਨੂੰ ਉਹਨਾਂ ਨੇ ਕਿਹਾ ਸਿਵਲ ਸੁਸਾਇਟੀ ਐਜ ਯੂਜੂਅਲ ਉਹਦੇ ਨਾਲ ਇਹ ਹੈ ਕਿ ਜਿਹਦੇ ਵਿੱਚ ਕੰਜ਼ਿਊਮਰ ਗਰੁੱਪ ਸੋਸ਼ਲ ਸੁਸਾਇਟੀ ਜਿਹੜੀ ਸਾਡੀ ਪਬਲਿਕ NGO ਦੂਜੇ ਗਰੁੱਪ ਉਹਨਾਂ ਦੀ ਜ਼ਿਆਦਾ ਸਟੇ ਹੋਏਗੀ ਫੂਡ ਪਾਲਿਸੀ ਨੂੰ ਟ੍ਰਾਂਸਫਰ ਕਰਨ ਵਾਸਤੇ ਔਰ ਦੂਜੇ ਦੇ ਵਿੱਚ ਕਾਰਪੋਰੇਟ ਦੀ ਜ਼ਿਆਦਾ ਸਟੇ ਹੋਏਗੀ ਸੋ ਇਹ ਦੋ ਸਿਸਟਮ ਹੈ ਇਹਨਾਂ ਨੂੰ ਹੁਣ ਆਪਾਂ ਅੱਗੇ ਚੱਲ ਕੇ ਇਹਨਾਂ ਦੇ ਦੱਸਦੇ ਹਾਂ ਵੀ ਇਹਨਾਂ ਦੇ ਕੀ ਚੀਜ਼ਾਂ ਅਗਰ ਇੱਕ ਲੱਗ ਗਿਆ ਤੇ ਉਹਦੇ ਨਾਲ ਕੀ ਹੋਏਗਾ ਤੇ ਜੇ ਦੂਜਾ ਲੱਗ ਗਿਆ ਤੇ ਉਹਦੇ ਨਾਲ ਕੀ ਹੋਏਗਾ ਸੋ ਇੱਥੋਂ ਤੱਕ ਤਾਂ ਮੇਰੇ ਖਿਆਲ ਆ ਕਿ ਕਲੀਅਰ ਹੈ ਸਾਰੇ ਆਪਣੇ ਸੁਣਨ ਵਾਲਿਆਂ ਨੂੰ ਇਹਦੇ ਵਿੱਚ ਹੁਣ ਇਹ ਹੈ ਕਿ ਜਿਹੜਾ ਇਹ ਸਟੱਡੀ ਦਾ ਆਥਰ ਹੈ ਉਹ ਇਹ ਸਟ੍ਰੈਸ ਕਰਦਾ ਵੀ ਜਿਹੜੀ ਫੂਡ ਸਮਿਟ ਹੋਣੀ ਹੈ 23 ਸਤੰਬਰ 2021 ਨੂੰ ਉਹਦੇ ਵਿੱਚ ਜੋ ਕੋਈ ਫੈਸਲੇ ਜਾਂ ਰਿਕਮੈਂਡੇਸ਼ਨਸ ਬਣਨਗੇ ਉਹ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਇੱਕ ਕਿਸਮ ਦਾ ਟਕਰਾਅ ਜਿਹੜਾ ਹੈ ਉਹ ਦੁਨੀਆ ਲੈਵਲ ਤੇ ਸ਼ੁਰੂ ਕਰ ਸਕਦੇ ਸੋ ਹਾਲੇ ਉਹਦਾ ਕੋਈ ਇਹ ਨਹੀਂ ਪਤਾ ਕਿਉਂਕਿ ਉਹਦੇ ਵਿੱਚ ਹਰ ਬੰਦਾ ਜਾਂਦਾ ਗੌਰਮੈਂਟ ਜਾਣਗੀਆਂ ਕਾਰਪੋਰੇਟ ਜਾਣਗੀਆਂ ਪ੍ਰਾਈਵੇਟ ਕੰਜ਼ਿਊਮਰ ਜਾਣਗੇ ਦੂਜੇ ਗਰੁੱਪ ਜਾਣਗੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਅੱਗੇ ਜੋ ਪੁਰਾਣੇ ਸਾਲਾਂ ਤੋਂ ਅਸੀਂ ਦੇਖਦੇ ਰਹੇ ਹਾਂ ਜਦੋਂ ਯੂਨਾਈਟਿਡ ਨੇਸ਼ਨ 'ਚ ਕੋਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਕਿ ਇੰਟਰਨੈਸ਼ਨਲ ਲੋਕ ਜਿਹੜੇ ਹੈ ਪ੍ਰੋਟੈਸਟ ਕਰਨ ਵਾਲੇ ਦੂਜੇ ਉਹ ਲੋਕ ਉੱਥੇ ਆਉਂਦੇ ਆ ਸੋ ਹੁਣ ਇਹਦੇ ਨਾਲ ਅੱਗੇ ਚੱਲਦੇ ਆਪਾਂ ਪਹਿਲੇ ਸਿਸਟਮ ਨੂੰ ਦੇਖ ਲੈਂਦੇ ਵੀ ਜੇ ਪਹਿਲਾ ਸਿਸਟਮ ਲੱਗ ਜਾਵੇ ਜਿਹਨੂੰ ਅਸੀਂ ਕਹਿੰਦੇ ਹਾਂ ਕਾਰਪੋਰੇਟ ਸਿਸਟਮ ਐਗਰੀ ਬਿਜ਼ਨਸ ਐਜ ਯੂਜੂਅਲ ਇਹਦੇ 'ਚ ਫਿਰ ਕੀ ਹੋਏਗਾ ਕਿ ਜਿਹੜਾ ਫੂਡ ਸਿਸਟਮ ਹੈ ਦੇ ਵਿਲ ਬੀ ਹੈਂਡਡ ਓਵਰ ਉਹਨਾਂ ਨੂੰ ਦੇ ਦੇਣਗੇ ਡਾਟਾ ਪਲੈਟਫਾਰਮਸ ਨੂੰ ਉਹ ਜਿਹੜੀ ਪ੍ਰਾਈਵੇਟ ਇਕੁਇਟੀ ਫਰਮਸ ਆ ਜਾਣਗੀਆਂ ਜਿਹੜੀ ਈ ਕਾਮਰਸ ਜਾਇੰਟਸ ਹੈ ਉਹ ਸਾਡੀ ਐਗਰੀਕਲਚਰ ਫਾਰਮਿੰਗ ਜਿਹੜੀ ਹੈ ਰਨ ਕਰਨਗੇ ਮੋਸਟਲੀ ਇਹਦੇ ਨਾਲ ਈ ਕਾਮਰਸ ਅਤੇ ਡਾਟਾ ਪਲੈਟਫਾਰਮ ਇਹਨਾਂ ਨਾਲ ਕੀ ਹੋਏਗਾ ਜਿਹੜੀਆਂ ਮੈਗਾ ਕਾਰਪੋਰੇਸ਼ਨ ਹੈ ਅਗਰ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨੀਆਂ ਜਾਣ ਤਾਂ 2045 ਤੱਕ ਸਾਡਾ ਸਿਸਟਮ ਇਵੇਂ ਨਜ਼ਰ ਆਏਗਾ ਜਿਵੇਂ ਕਿ ਮੈਂ ਦੱਸਣ ਲੱਗਾ ਇੱਕ ਤਾਂ ਜਿਹੜੀ ਹੈ ਪ੍ਰੋਸੀਜਨ ਇੰਜੀਨੀਅਰਡ
एंड इंटरनेट कंट्रोल्ड फार्मिंग हो जाऊ। इथो यह भाव है कि जो जीपीएस सिस्टम है उन्होंने को कैपेबिलिटी आ गई है कि वह हर एक स्क्वेयर मीटर न एक स्क्वेयर मीटर की जी साइल क्वालिटी सब कुछ वो स्टडी कर सकते हैं उसका की ग्रोइंग पोटेंशियल है तो उत्थे उन्होंने की लाना है। Right. तो ये जो इवें पिन पॉइंट हो जाएगी चीज़ टेक्नोलॉजी के डाटा ना तो उत्थे की करनी है फिर वो फर्ज करो ये जो कर लिया की करनी उत्थे वो टेलर मेड जिहड़े मोडिफाइड क्रॉप्स जिन्होंने असी बायो इंजीनियर्ड इवें ही उत्थे एनिमल फॉर मैक्सिमम ऑप्टिमल प्रोडक्शन वास्ते उन्होंने वो लाउणगे उहदे नाल उन्होंने एनवायरमेंट नाल कोई बड़ा प्यार नहीं होगा। फिर अगों जी आर्टिफिशियल इंटेलीजेंस उहदे नाल जिहड़ियां एग्रो इकोलॉजिकल सिस्टम है साडे वो उन्होंने कंट्रोल करनगे रोबोटिक ट्रैक्टर्स आ जाएंगे जिथे बंदे की लोड नहीं है ड्रोनस ओपरेटेड चीज़ा आउणगियां जिवें कोई स्प्रे करनी है या दूजा और जिहड़ा डिजिटल इंफ्रास्ट्रक्चर है वो साडी माइक्रो इरीगेशन नूं भी कंट्रोल करेगा आ जिहड़े हुण पानी दे नक्के मोड़े जांदे आ दूजे नहीं ये तुसीं किसे एक कमरे च बैठे उस सिस्टम ला के उत्थों कंट्रोल सॉरी तुहानूं फिर टोकना पै रहा है फिर जे आ कुछ हो गया तो फिर वो कुछ तो उधर नूं तो इंडिया वध ही रहा तो प्रोटेस्ट जिहड़ा चल रहा है वो खिलाफ़ चल रहा है ये आ जी यूएन च हो रही है जे इन्होंने रेकमेंड आ कर दिती तो उन्हूं तो जी इंडियन गोरमेंट ने किया ऑलरेडी इस चीज़ को ऑलरेडी इंप्लीमेंट कर किया हालांकि होल्ड से पाए हुए तो जो पब्लिक अडैप्ट किदा करूगी हूँ पब्लिक वो तो ऑलरेडी ब्रूहों तो वो खिलाफ़ प्रोटेस्ट कर रहे हैं। देखो गुलाल जी आप फिर उ गल उ दोबारा दोबारा यही आँदी है ये जड़ियाँ रिकमेंडेशन है ये तो इन्हें स्टडी ने दसिया भी दुनिया इवें नज़र आऊगी जेडे एग्रीकल्चर रेकमेंडेशन तो सही मेरे मेरे कहने का भाव यह है कि एक पासे अपने भारत महान देश के चल रहा है एक पासे आ रेकमेंडेशन होर आ गई तो गवर्नमेंट कहूगी देखो यूएन वालों भी आ रेकमेंडेशन आ गई बिल्कुल हो सकता है ये चीजें जी कंटिन्यू ये मतलब अगे भी इवें हुई है जो कारपोरेट मॉडल है वो वेस्टर्न वर्ल्ड चो गया एशिया च जिवें इत्थे तो 1980 दे लगे हैं जी 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 ओहदे नाल अगों की हो सकदा है भाई अगेन हुण उत्थे प्रोटेस्ट है उन्होंने अपनी पोलिटिकल जिहड़ी लैंडस्केप है वह देखनी है लोग उन्होंने किन्ने उल्ट है इस करके कई बार यह जी चीजा होंगे भी कुछ फिर उत्थों ला लेंगे कुछ दूजे सिस्टम चो ला लेंगे अल्टीमेटली कोई है पर तुसी कंटिन्यू करो जे दूजा पासा आउंदा तां फिर की होगा जी हाँ जी हाँ ओहदे नाल हाले ये देखते हैं भी इहदे विच जिहड़े लॉजिस्टिकल कंट्रोल बड़े हो जाएंगे जिहड़ियां छोटियां कंट्रियां है जिन्हां कोल रिसोर्स घट है वो वड्डियां कंट्रियां नूं वड्डे कंपनियां नूं अपने जिहड़ी लैंड है वो दे देणगे भाई तुसी अपने इनपुट लाओ सानू इत्थे नौकरी दे दो जां तुसी साडे कोलों खेती दे वास्ते कोई जे सानू नौकरी विच रखणा तां रख लो फिर इहदे नाल होणा की है जी जदों इह सारी चीज़ लगदी है ते उहदे नाल हुण जिहड़ी दूजा सिस्टम सीगा सिविल सोसाइटी वाला ਉਹਦੇ 'ਚ ਹੁਣ ਜਿਵੇਂ ਤੁਸੀਂ ਪਹਿਲਾਂ ਕੁਐਸਚਨ ਲਿਆਂਦਾ ਸੀ ਬਈ ਇਹ ਅਗਰ ਇੰਡੀਆ 'ਚ ਲੱਗ ਜਾਏਗਾ ਤਾਂ ਕੀ ਹੋਏਗਾ ਇਹ ਜਦੋਂ ਰਿਕਮੈਂਡੇਸ਼ਨ ਜਾਂਦੀਆਂ ਫਿਰ ਜਿਹੜੇ ਉੱਥੋਂ ਕੰਟਰੀ ਦੇ ਲੋਕ ਹੁੰਦੇ ਆ ਜਿਹੜੇ ਉੱਥੇ ਇੰਟਰਸਟਿਡ ਗਰੁੱਪ ਕਈ ਫੇਵਰ 'ਚ ਕਈ ਉਹਦੇ ਉਲਟ ਉਹ ਫਿਰ ਉੱਥੇ ਕਰਦੇ ਪਰ ਫਰਜ਼ ਕਰੋ ਜੇ ਕੱਲ੍ਹ ਨੂੰ ਆਪਣੀ ਜਿਹੜੀ ਸਿਵਲ ਸੋਸਾਇਟੀ ਸਿਸਟਮ ਹੈ ਅਗਰ ਉਹ ਲੱਗ ਜਾਂਦਾ ਤਾਂ ਉਹਦੇ ਨਾਲ ਇੱਕ ਤਾਂ ਕੈਮੀਕਲ ਫਾਰਮਿੰਗ ਜਿਹੜੀ ਹੈ ਉਹ ਬੰਦ ਹੋ ਜਾਏਗੀ ਜਿਹੜੇ ਇਨਸੈਕਟੀਸਾਈਡ ਆ ਘੱਟ ਪਾਉਣ ਫਾਰ ਐਗਜ਼ਾਮਪਲ ਅੱਜ ਦੇ ਦਿਨ ਆਪਾਂ ਜੋ ਅਮੈਰੀਕਨ ਫੂਡ ਖਾਂਦੇ ਹਾਂ ਸਾਨੂੰ ਪਰ ਦਿਹਾੜੀ 'ਚ ਪਰ ਪਰਸਨ 7 ਮਿਲੀਗ੍ਰਾਮ ਪੈਸਟੀਸਾਈਡ ਸਾਡੀ ਬੋਡੀ 'ਚ ਜਾਂਦੇ ਹੈ ਪਰ ਇੰਡੀਆ 'ਚ ਅੱਜ ਦੇ ਦਿਨ ਦੁਨੀਆ ਦੇ ਡਾਟੇ 'ਚੋਂ ਸਭ ਤੋਂ ਜ਼ਿਆਦਾ ਹੈ ਉੱਥੇ ਕੋਈ 360 ਮਿਲੀਗ੍ਰਾਮ ਜਿਹੜੇ ਪੈਸਟੀਸਾਈਡ ਆ ਹਰ ਇਨਸਾਨ ਦੇ ਹਰ ਦਿਨ ਜਾਂਦੇ ਤੋ ਹੁਣ ਇਹ ਜਿਹੜੀਆਂ ਚੀਜ਼ਾਂ ਹੈ ਇਹ ਜਿਹੜੀ ਹੁਣ ਉਹ ਦੂਜੀ ਕਹਿੰਦੇ ਆ ਵੀ ਤੁਸੀਂ ਆਰਗੈਨਿਕ ਫਾਰਮਿੰਗ ਲਾਓ ਜਾਂ ਤੁਸੀਂ ਪੈਸਟੀਸਾਈਡ ਘੱਟ ਲਾਓ ਉਹਦੇ ਨਾਲ ਥੋੜੀ ਜਿਹੀ ਜਿਹੜੀ ਹੁੰਦੀ ਹੈ ਉਹ ਯੀਲਡ ਤਾਂ ਘੱਟਦੀ ਹੈ
पर वो किसी हिसाब से बैलेंस की जा सकती है अगर वो प्राइस जड़िया दूजिया चीजा दिया थोड़िया अप दे दो। हूँ अगो ये है जी गुरलाल जी, जी। जो ये चीजा चल दया है हम जो सैकंड सिनेरियो है जो आप डिस्कस कर रहे थे वो 2045 तक यह जी चीज होगी उथे ये होगा ये डाइवर्सीफाइड फूड सिस्टम हो गए जी इकोलॉजिकल प्रोटेक्शन होगी जी गवर्नेंस सिस्टम है वो ट्रांसफार्म हो जाएंगे जी फंडिंग अज असी बिग कारपोरेशन जो बिग इनपुट्स कंपनी है जो असी उन्होंने पैसे दे रहे हैं वो जड़े है समाल फार्मर पेंडू खात्या दे विच वो आ जाएंगे जड़े मॉडल्स ऑफ एग्रीकल्चर होंगे उन्होंने बड़ी सोसाइटी की कोलैबोरेशन नाल चलाए जाएंगे ते एदे नाल नेट रिजल्ट की होएगा वो इस तरह है जी भाई 50% का जड़ा एदे विच फूड है वो लोकल सप्लाई चेन तो चलेगा ਵੱਡੀਆਂ ਕੰਪਨੀਆਂ ਦੇ ਬਾਰੇ ਤੇ ਜਿਹੜੇ 80% ਲੋਕ ਹੈ ਉਹ ਚੰਗਾ ਫੂਡ ਖਾਣਗੇ ਕਾਫੀ ਲੋਕ ਮੀਟ ਡਾਈਟਸ ਤੋਂ ਹਟ ਜਾਣਗੇ ਕਿਉਂਕਿ ਕਾਰਪੋਰੇਟ ਸਿਸਟਮ ਜਿਹੜਾ ਹੈ ਅੱਜ ਤੁਸੀਂ ਫਰਜ਼ ਕਰੋ ਕਿਸੇ ਗ੍ਰਾਸਰੀ ਸਟੋਰ ਤੇ ਫੂਡ ਖਰੀਦਦੇ ਜੇ ਉਹ ਤੁਹਾਡੀ ਰਸੀਦ ਜਿਹੜੀ ਤੁਹਾਨੂੰ ਮਿਲਦੀ ਹੈ ਉਹਦੇ ਵਿੱਚ ਹੀ ਉਹ ਐਨਾਲਾਈਜ਼ ਹੁੰਦਾ ਜਾਂਦਾ ਵੀ ਅੱਜ ਤੁਸੀਂ ਕੀ ਖਰੀਦ ਕੇ ਲਿਆਂਦੇ ਜੇ ਤੁਹਾਡੀ ਫੈਮਿਲੀ ਕੀ ਜ਼ਿਆਦਾ ਖਰੀਦਦੀ ਹੈ ਉਸੇ ਨਾਲ ਫਿਰ ਉਹ ਜਿਹੜੀ ਹੈ ਉਹ ਅੱਗੋਂ ਸਿਸਟਮ ਨੂੰ ਉਹ ਚਲਾਉਂਦੇ ਆ ਜਦੋਂ ਫਿਰ ਇਹ ਦੂਜਾ ਸਿਸਟਮ ਸੋਸਾਇਟੀ ਵਾਲਾ ਲੱਗੇਗਾ ਇਹਦੇ 'ਚ ਜਿਹੜੇ ਡਾਟਾ ਐਪਸ ਆਉਣਗੇ ਉੱਥੋਂ ਸਟੋਰਾਂ 'ਚੋਂ ਉਹ ਦੱਸ ਦੇਣਗੇ ਵੀ ਤੁਸੀਂ ਅੱਜ ਜਿਹੜੀ ਕੰਪਨੀ ਦਾ ਅੱਜ ਫੂਡ ਲਿਆਂਦਾ ਉਹ ਇਨਵਾਇਰਮੈਂਟਲ ਫਰੈਂਡਲੀ ਨਹੀਂ ਹੈ ਜਿਹੜੀ ਤੋਂ ਤੁਸੀਂ ਦੂਜੀ ਤੋਂ ਲਿਆਂਦਾ ਉਹ ਜਿਹੜੀ ਹੈ ਇਨਵਾਇਰਮੈਂਟਲ ਫਰੈਂਡਲੀ ਕੰਪਨੀ ਹੈ ਸੋ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਕਰਨੀ ਫਿਰ ਉਹ ਕੀ ਕਰਨਗੇ ਸਿਵਲ ਸੋਸਾਇਟੀ ਵਾਲੇ ਉਹ ਜਿਹੜੇ ਜੰਕ ਫੂਡ ਪ੍ਰੋਡਿਊਸਰ ਹੈ ਜਾਂ ਜਿਹੜਾ ਗੰਦਾ ਫੂਡ ਅਡਲਟਰੇਟਡ ਵੇਚਦੇ ਆ ਉਹਨਾਂ ਨੂੰ ਉਹ ਟੈਕਸ ਲਾਉਣਗੇ ਪਰ ਇਹ ਜਦੋਂ ਸਾਰੀਆਂ ਚੀਜ਼ਾਂ ਇਹ ਲੱਗ ਜਾਣਗੀਆਂ ਤੇ ਜਿਹੜੇ ਉਹ ਡਾਟਾ ਕੰਟਰੋਲ ਕਾਰਪੋਰੇਸ਼ਨ ਕਰਦੀ ਹੈ ਫਿਰ ਉਹਨਾਂ ਦਾ ਕੰਟਰੋਲ ਜਿਹੜਾ ਉਹ ਸਿਵਲ ਸੋਸਾਇਟੀ ਕੋਲ ਹੋਏਗਾ ਤੇ ਅਲਟੀਮੇਟਲੀ ਇਹਦੇ ਨਾਲ ਕੀ ਹੋਏਗਾ ਇਸ ਸਿਸਟਮ ਨਾਲ $4 trillion ਜਿਹੜਾ ਹੈ ਉਹ ਇਕਾਨਮੀ ਦੇ ਵਿੱਚ ਕਲਾਈਮੇਟ ਬਚਾ ਲੈਣੀ ਹੈ ਸਾਨੂੰ ਉਹ ਦੁਬਾਰਾ ਰੀਮੇਕ ਚ ਉਹਦੇ ਪੈਸੇ ਨਹੀਂ ਲੱਗਣੇ ਤੋਂ ਜਿਹੜੀ ਸਿਵਲ ਸੋਸਾਇਟੀ ਹੈ ਇਹਨੂੰ ਤਾਂ ਜੀ ਮਸਟ ਟ੍ਰਾਂਸਫਾਰਮ ਹੋਣਾ ਪਏਗਾ ਕਿਉਂਕਿ ਇਹਦੇ ਫਾਇਦੇ ਕਾਰਪੋਰੇਟ ਨਾਲੋਂ ਜ਼ਿਆਦਾ ਹੈ ਪਰ ਜਦੋਂ ਜਦੋਂ ਅਸੀਂ ਦੇਖਿਆ ਦੁਨੀਆ 'ਚ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਪਵੇ ਜਾਂ ਕਿਸੇ ਚੀਜ਼ ਦੀ ਅਪਰਚੁਨਿਟੀ ਮਿਲੇ ਤਾਂ ਸੋਸਾਇਟੀ ਚੇਂਜ ਹੁੰਦੇ ਆ ਦੇਰ ਨਹੀਂ ਲੱਗਦੀ ਤੋ ਇਸ ਕਰਕੇ ਜਿਹੜੀਆਂ ਅਪਰਚੁਨਿਟੀਜ਼ ਲੋਕਾਂ ਨੂੰ ਮਿਲਦੀਆਂ ਇਹਦੇ 'ਚ ਬਹੁਤ ਜ਼ਿਆਦਾ ਛੋਟੇ ਫਾਰਮਰ ਆ ਜਾਣਗੇ ਆਰਗੈਨਿਕ ਫਾਰਮਰ ਆ ਜੂਗੇ ਫਿਰ ਨਵੇਂ ਜਿਹੜੇ ਐਵੀਨਿਊ ਹੈ ਉਹ ਖੁੱਲ ਜਾਂਦੇ ਆ ਕਿਹੜੀ ਰੈਕਮੈਂਡੇਸ਼ਨ ਇੱਕ ਦੂਜੀ ਤੇ ਹੈਵੀ ਹੁੰਦੀ ਹੈ ਉਸ ਸਮਿਟ ਤੋਂ ਬਾਅਦ ਦੇਖਾਂਗੇ ਵੀ ਕਿੱਥੇ ਆਪਾਂ ਸਟੈਂਡ ਕਰਦੇ ਹਾਂ ਤੇ ਇਹਦਾ ਜਿਹੜਾ ਅਸਰ ਹੈ ਉਹ ਆਪਣੀ ਜਿਹੜੀ ਪ੍ਰੋਟੈਸਟ ਚੱਲਦੇ ਉੱਥੇ ਕਿੱਦਾਂ ਪੈਂਦਾ ਆ ਬਾਜਵਾ ਸਾਹਿਬ ਕੁਐਸਚਨ ਹੋਰ ਬਹੁਤ ਇਹ ਤੋਂ ਖੜੇ ਹੋ ਕੇ ਆ ਰਹੇ ਸੀ ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ ਨਹੀਂ ਤਾਂ ਆਪਾਂ ਜ਼ਰੂਰ ਅੱਗੇ ਵੱਧਦੇ ਆਪਾਂ ਫਿਰ ਕਿਸ ਦਿਨ ਸੈਸ਼ਨ ਲਾਵਾਂਗੇ ਇਹਦੇ ਉੱਤੇ ਹੀ ਖਾਸ ਕਰਕੇ ਸਮਿਟ ਤੋਂ ਬਾਅਦ ਤੁਸੀਂ ਅੱਜ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਗੁਰਲਾਲ ਜੀ ਤੁਹਾਨੂੰ ਵੀ ਪਰ ਤੁਹਾਡੇ ਸਾਰੇ ਦੂਰ ਦੁਰਾਡੇ ਬੈਠੇ ਵਿਊਜ਼ ਨੂੰ
थैंक यू जी, धन्यवाद डॉक्टर साहब। दर्शकों सन डॉक्टर इशपाल सिंह बाजवा जिहड़ा समिट होने जा रहा जिहड़ी यूएन ने स्टडी कराई है एग्रीकल्चर प्रोडक्ट के उत्ते या पॉलिसीज वास्ते या फूड पॉलिसीज वास्ते उहदा की रिजल्ट आएगा उहदी की इंपैक्ट्स की हो सकते हैं जे दोनों नूं किते ना किते इंप्लीमेंट किया जाए तो बहुत सोहना इलैबोरेट किया क्वेश्चन होर बहुत खड़े हो रहे सी पर वक्त इजाजत नहीं दे रहा दर्शकों कल नूं फिर किसी होर मुअज्जज़ मेहमान दे नाल नवें सब ਜਕਨਾ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।